ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈ ਕੈਂਪ ਦੇ ਅੱਜ ਦੇ ਐਪੀਸੋਡ ਵਿੱਚ ਦੇਸ਼ ਵਿਦੇਸ਼ ਦੇ ਈ ਕੈਂਪਰਸ ਦਾ ਸਵਾਗਤ ਹੈ। ਅੱਜ ਦੇ ਈ ਕੈਂਪ ਦੇ ਵਿੱਚ ਸੈਗਮੈਂਟ ਸ਼ਾਮਲ ਹਨ ਜਪਜੀ ਜੈਮਸ, ਸੇਈ ਪਿਆਰੇ, ਕਿਛ ਸੁਣੀਐ ਕਿਛ ਕਹੀਐ, ਅਧਿਆਪਕ ਮਹਾਨ, ਜਪਜੀ ਰਤਨ, ਬਹੁਤਾ ਕਰਮ ਲਿਖਿਆ ਨਾ ਜਾਏ, ਗੋਡਸ ਗ੍ਰੇਸ ਇਜ਼ ਟੂ ਗ੍ਰੈਂਡ ਟੂ ਬੀ ਪੁੱਟ ਇਨ ਟੂ ਵਰਡਸ। ਬਹੁਤਾ ਬਹੁਤ ਜ਼ਿਆਦਾ ਕਰਮ, ਕਰਮ ਦਾ ਭਾਵ ਅਸੀਂ ਸੋਚਦੇ ਹਾਂ ਕੰਮ, ਪਰ ਪਤਾ ਲੱਗਾ ਵੀ ਨਹੀਂ ਕਰਮ ਦਾ ਇੱਕ ਹੋਰ ਅਰਥ ਹੈ ਬਖਸ਼ਿਸ਼। ਜਦੋਂ ਇਸ ਗੱਲਾਂ ਦਾ ਪਤਾ ਲੱਗਾ ਤਾਂ ਮੈਂ ਬੜਾ ਖੁਸ਼ ਹੋਇਆ ਵੀ ਕਰਮ ਦੇ ਦੋ ਅਰਥ ਨੇ, ਕੰਮ ਵੀ ਅਤੇ ਬਖਸ਼ਿਸ਼ ਵੀ। ਪਰ ਇੱਕ ਸੱਜਣ ਨਾਲ ਜਦੋਂ ਮੈਂ ਇਹ ਸ਼ੇਅਰ ਕੀਤਾ, ਉਹਨੇ ਅੱਗੋਂ ਕਿਹਾ ਵੀ ਨਹੀਂ, ਕਰਮ ਦਾ ਮਤਲਬ ਤਾਂ ਕੰਮ ਹੀ ਹੁੰਦਾ ਹੈ, ਪਰ ਪਰਮਾਤਮਾ ਦਾ ਕੰਮ ਹੀ ਬਖਸ਼ਿਸ਼ ਕਰਨਾ ਹੁੰਦਾ ਹੈ, ਇਸ ਕਰਕੇ ਪਰਮਾਤਮਾ ਦੇ ਕਰਮ ਨੂੰ ਅਸੀਂ ਬਖਸ਼ਿਸ਼ ਕਹਿੰਦੇ ਹਾਂ। ਬਖਸ਼ਿਸ਼, ਬਹੁਤ ਬਖਸ਼ਿਸ਼, ਬਹੁਤਾ ਕਰਮ, ਪਰਮਾਤਮਾ ਸਾਡੇ ਸਾਰਿਆਂ 'ਤੇ ਇੰਨੀਆਂ ਬਖਸ਼ਿਸ਼ਾਂ ਕਰਦਾ ਹੈ ਕਿ ਅਸੀਂ ਉਹਨਾਂ ਬਖਸ਼ਿਸ਼ਾਂ ਨੂੰ ਗਿਣ ਨਹੀਂ ਸਕਦੇ, ਲਿਖ ਨਹੀਂ ਸਕਦੇ, ਕਾਊਂਟ ਨਹੀਂ ਕਰ ਸਕਦੇ। ਸੇਈ ਪਿਆਰੇ ਸੈਗਮੈਂਟ ਵਿੱਚ ਅੱਜ ਸਾਡੇ ਨਾਲ ਹਨ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕਾਊਂਸਲ ਤੋਂ ਡਾਕਟਰ ਵਰਿੰਦਰਪਾਲ ਸਿੰਘ ਜੀ। ਆਪ ਬਹੁਤ ਹੀ ਵਿਲੱਖਣ ਸੇਵਾਵਾਂ ਕਰ ਰਹੇ ਹਨ, ਆਓ ਜਾਣੀਏ। ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕਾਊਂਸਲ ਦੀ ਟੀਮ ਨੇ ਇੱਕ ਯਤਨ ਕੀਤਾ ਸਤਿਗੁਰਾਂ ਦੀ ਮਿਹਰ ਨਾਲ, 2009 ਦੇ ਵਿੱਚ 12 ਪੁਸਤਕਾਂ ਗੁਰਬਾਣੀ 'ਤੇ ਆਧਾਰਿਤ ਵਿਦਿਆਰਥੀਆਂ ਦੇ ਸਿਲੇਬਸ ਦੇ ਲਈ ਪ੍ਰਕਾਸ਼ਿਤ ਕੀਤੀਆਂ ਗਈਆਂ। 2015 ਵਿੱਚ 14 ਪੁਸਤਕਾਂ ਹੋਰ ਪ੍ਰਕਾਸ਼ਿਤ ਕੀਤੀਆਂ ਗਈਆਂ। ਅੱਜ ਇਹ 26 ਪੁਸਤਕਾਂ ਦੇਸ਼ ਵਿਦੇਸ਼ ਦੇ 300 ਤੋਂ ਵੱਧ ਵਿੱਦਿਅਕ ਅਦਾਰਿਆਂ ਦੇ ਸਿਲੇਬਸ ਦਾ ਆਧਾਰ ਨੇ। ਇਹਨਾਂ ਪੁਸਤਕਾਂ ਦੀ ਵਿਲੱਖਣਤਾ ਇਹ ਹੈ ਕਿ ਪੁਸਤਕਾਂ ਧਰਮ ਅਧਿਐਨ ਦੀਆਂ ਪੁਸਤਕਾਂ ਨਹੀਂ। ਇਹਨਾਂ ਪੁਸਤਕਾਂ ਨੂੰ ਪੜ੍ਹਾਉਣ ਲਈ ਡਿਵਿਨਿਟੀ ਦੇ ਅਧਿਆਪਕ ਦੀ ਲੋੜ ਨਹੀਂ, ਕਿਉਂਕਿ ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਅਨੇਕਾਂ ਨੇ ਹਜ਼ਾਰਾਂ ਵਿੱਦਿਅਕ ਅਦਾਰੇ ਗੁਰੂ ਨਾਨਕ ਸਾਹਿਬ ਦੇ ਹੋਰ ਗੁਰੂ ਸਾਹਿਬਾਨ ਦੇ ਨਾਮ 'ਤੇ ਭਾਵੇਂ ਚੱਲ ਰਹੇ ਨੇ, ਪਰ ਧਾਰਮਿਕ ਵਿੱਦਿਆ ਦਾ ਵਿਸ਼ਾ ਉਹਨਾਂ ਵਾਸਤੇ ਇੱਕ ਵਾਧੂ ਵਿਸ਼ਾ ਹੈ। ਪੰਜਾਬੀ ਦੇ ਸਿਲੇਬਸ ਦਾ ਇੱਕ ਨਿਵੇਕਲਾ ਉਪਰਾਲਾ ਦਿੱਤਾ, ਊੜਾ ਊਠ ਵੀ ਅਸੀਂ ਰੱਖਿਆ ਉਹਨਾਂ ਪੁਸਤਕਾਂ ਵਿੱਚ। ਪੁਰਾਤਨ ਸ਼ਬਦ ਜੋ ਬੱਚੇ ਪੜ੍ਹਦੇ ਆ ਰਹੇ ਨੇ ਸਾਡੀਆਂ ਆਮ ਪ੍ਰਚਲਿਤ ਕਿਤਾਬਾਂ 'ਚ, ਉਹ ਸ਼ਬਦ ਵੀ ਨਾਲ ਅਵੇਲੇਬਲ ਨੇ, ਪਰ ਉਹਨਾਂ ਦੇ ਨਾਲ ਗੁਰਬਾਣੀ ਦੇ ਮਾਧਿਅਮ ਵਿੱਚੋਂ ਜਿਹੜੇ ਨਾਉਨ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ, ਜਿਹੜੇ ਸ਼ਬਦ ਗੁਰਬਾਣੀ ਵਿੱਚ ਗੁਰੂ ਪਿਤਾ ਜੀ ਨੇ ਵਰਤੇ ਨੇ, ਉਹਨਾਂ ਨੂੰ ਬੱਚਿਆਂ ਦੇ ਸਿਲੇਬਸ ਦਾ ਅੰਗ ਬਣਾ ਦਿੱਤਾ ਗਿਆ, ਤਾਂ ਕਿ ਬੱਚੇ ਜਦੋਂ ਉਹਨਾਂ ਨੂੰ ਪੜ੍ਹਨ ਤਾਂ ਉਹਨਾਂ ਨੂੰ ਗੁਰਮਤ ਦੇ ਗੂੜ ਗਿਆਨ ਦੀ ਸਮਝ ਪ੍ਰਾਪਤ ਕਰਨ ਲਈ ਮੁੱਢਲੇ ਗਿਆਨ ਉਹਨਾਂ ਕੋਲ ਪਹਿਲਾਂ ਹੀ ਹੋਵੇ। ਉਦਾਹਰਣ ਦੇ ਤੌਰ 'ਤੇ ਪਹਿਲੀ ਕਿਤਾਬ ਹੈ ਗੁਰਮੁਖੀ ਅੱਖਰ ਗਿਆਨ। ਊੜਾ ਸ਼ੁਰੂ ਕੀਤਾ, ਊੜਾ ਉਰ ਹਿਰਦਾ, ਬਾਣੀ ਵਿੱਚ ਬਹੁਤ ਵਾਰੀ ਪਿਤਾ ਜੀ ਜ਼ਿਕਰ ਕਰਦੇ ਨੇ, ਇਸ ਤਰ੍ਹਾਂ ਦੇ ਸੁਨੇਹੇ ਮਿਲਦੇ ਨੇ ਕਿ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਕੇ ਰੱਖਣਾ, ਹਰ ਕਾ ਨਾਮ ਰੱਖੋ ਔਰ ਧਾਰ। ਵਿਦਿਆਰਥੀ ਨੂੰ ਉਰ ਨਹੀਂ ਪਤਾ, ਗੁਰਬਾਣੀ ਦੇ ਹੋਰ ਸ਼ਬਦ ਨਹੀਂ ਪਤਾ, ਕਦੀ ਵਕਤ ਨਹੀਂ ਮਿਲੇਗਾ ਸਾਨੂੰ ਦੁਨੀਆ ਦੀ ਭੱਜ ਨੱਠ ਵਿੱਚੋਂ ਕਿ ਅਸੀਂ ਗੁਰਬਾਣੀ ਦਾ ਗਿਆਨ ਸਮਝਣ ਦੇ ਲਈ, ਗੁਰਬਾਣੀ ਦੀ ਵਿਚਾਰ ਦੇ ਲਈ ਬਹੁਤ ਸਮਾਂ ਕੱਢ ਪਾਈਏ। ਸੋ ਮੁੱਢਲਾ ਗਿਆਨ ਇਹਨਾਂ ਪੁਸਤਕਾਂ ਵਿੱਚੋਂ ਮਿਲ ਜਾਵੇਗਾ, ਛਿਣਗ ਲੱਗ ਜਾਵੇਗੀ। ਆੜਾ ਅਸ ਗੁਰੂ ਸਾਹਿਬ ਬਾਣੀ ਵਿੱਚ ਅਸ ਘੋੜੇ ਵਾਸਤੇ ਅਨੇਕਾਂ ਥਾਵਾਂ 'ਤੇ ਵਰਤਦੇ ਨੇ। ਆੜਾ ਅੱਜ, ਅੱਜ ਬੱਕਰੀ ਵਾਸਤੇ ਗੁਰੂ ਸਾਹਿਬ ਨੇ ਵਰਤਿਆ, ਕਿੱਡਾ ਵੱਡਾ ਪ੍ਰੇਰਨਾਮਈ ਸੁਨੇਹਾ ਹੈ। ਅੱਜ ਕੇ ਵਸ ਗੁਰ ਕੀਨੋ ਕੇਹਰ, ਗੁਰੂ ਚਾਹਵੇ ਗੁਰੂ ਬਲ ਬਖਸ਼ਿਤ ਕਰੇ, ਗੁਰੂ ਥਾਪੜਾ ਦੇ ਦੇਵੇ ਤਾਂ ਬੱਕਰੀ ਸ਼ੇਰ 'ਤੇ ਕਾਬਜ਼ ਹੋ ਜਾਂਦੀ ਹੈ। ਅੱਜ ਹੁੰਦੀ ਆ ਬੱਕਰੀ ਅਤੇ ਕੇਹਰ ਹੁੰਦਾ ਸ਼ੇਰ। ਅਸੀਂ ਆਮ ਸੁਣਦੇ ਹਾਂ ਕੇਹਰ ਸਿੰਘ ਸ਼ੇਰ, ਪਰ ਸਾਨੂੰ ਪਤਾ ਨਹੀਂ ਕਿ ਕੇਹਰ ਸ਼ੇਰ ਹੁੰਦਾ, ਸਾਨੂੰ ਪਤਾ ਨਹੀਂ ਕਿ ਅੱਜ ਬੱਕਰੀ ਹੁੰਦੀ ਹੈ। ਜੇ ਸੁਨੇਹਾ ਸਾਡੇ ਹਿਰਦਿਆਂ ਵਿੱਚ ਹੋਵੇ, ਇੰਨਾ ਸੁਸਾਈਡ, ਇੰਨੀ ਆਤਮ ਹੱਤਿਆ, ਇੰਨੀ ਘਬਰਾਹਟ, ਗੁਰੂ ਬਖਸ਼ਿਸ਼ ਕਰੇ ਬੱਕਰੀ ਸ਼ੇਰ ਨੂੰ ਢਾ ਲੈਂਦੀ ਹੈ, ਅਸੀਂ ਬੱਕਰੀ ਨਾਲੋਂ ਮਾੜੇ ਨਹੀਂ। ਇਹ ਪ੍ਰੇਰਨਾ ਸਾਨੂੰ ਧਰਮ ਅਧਿਐਨ 'ਚੋਂ ਨਹੀਂ, ਪੰਜਾਬੀ 'ਚੋਂ ਮਿਲ ਜਾਣੀ ਹੈ। ਇਸੇ ਤਰ੍ਹਾਂ ਬਾਕੀ ਦੇ ਸ਼ਬਦ ਈੜੀ ਇਸ਼ਨਾਨ, ਸੱਸਾ ਸੂਆ,
ਸੱਸਾ ਸੂਆ ਗੁਰੂ ਸਾਹਿਬ ਨੇ ਤੋਤੇ ਵਰਸੇ ਵਰਤੇ ਹੈ, ਸੱਸਾ ਸਵਾਨ ਗੁਰੂ ਸਾਹਿਬ ਕੁੱਤੇ ਵਾਸਤੇ ਵਰਦੇ ਨੇ, ਕੱਕਾ ਕੁਰੰਗ ਹਿਰਨ ਨੂੰ ਸੰਬੋਧਨ ਹੋਇਆ ਹੈ, ਕੱਕਾ ਕਰਹਲਾ ਊਠ ਨੂੰ ਸੰਬੋਧਨ ਹੋਇਆ। ਸੋ ਇਹਨਾਂ ਪੁਸਤਕਾਂ ਨੇ ਜਦੋਂ ਪੰਜਾਬੀ ਪੜ੍ਹਾਈ, ਪੰਜਾਬੀ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਗੁਰਬਾਣੀ ਦਾ ਮਾਧਿਅਮ ਬੱਚਿਆਂ 'ਚ ਪ੍ਰਚਲਿਤ ਕਰ ਦਿੱਤਾ। ਹੁਣ ਬੱਚਿਆਂ ਨੂੰ ਮੁਕਤਾ ਸਿਖਾਉਣਾ ਹੈ, ਕੰਨਾ ਸਿਖਾਉਣਾ ਹੈ, ਉਹਦੇ ਵਾਸਤੇ ਸ਼ਬਦ ਵੀ ਗੁਰਬਾਣੀ ਵਿੱਚੋਂ ਦਿੱਤੇ ਗਏ, ਲਗਾ ਮਾਤਰਾਂ ਸਿਖਾਉਣੀਆਂ ਉਹ ਵੀ ਗੁਰਬਾਣੀ ਵਿੱਚੋਂ ਦਿੱਤੀਆਂ ਗਈਆਂ। ਅਸੀਂ ਹੁਣ ਭੱਬੇ ਨੂੰ ਕੰਨਾ ਲਾ ਕੇ ਨੰਨਾ ਲਿਖਿਆ ਭਾਨ, ਵਿਦਿਆਰਥੀ ਨੂੰ ਕੰਨਾ ਸਿਖਾਉਣਾ ਹੈ। ਅਸੀਂ ਹੁਣ ਭੱਬੇ ਨੂੰ ਕੰਨਾ ਲਾ ਕੇ ਲਿਖਿਆ ਨੰਨਾ ਭਾਨ, ਵਿਦਿਆਰਥੀ ਨੂੰ ਕੰਨਾ ਸਿਖਾਉਣਾ ਹੈ ਤਾਂ ਉਹਨੂੰ ਜਿਹੜੇ ਅਸੀਂ ਅੱਖਰ ਦੇਣੇ, ਕੱਕਾ ਰਾੜੇ ਨੂੰ ਕੰਨਾ ਲਾ ਕੇ ਲਿਖਿਆ ਕੜਾ, ਅਤੇ ਉਹ ਪੜ੍ਹ ਤਾਂ ਕੰਨਾ ਰਿਹਾ ਪਰ ਉਹ ਕੰਨੇ ਵਿੱਚੋਂ ਉਹਨੇ ਭਾਨ ਪੜ੍ਹ ਲਿਆ। ਭਾਨ ਨੂੰ ਪੈਸਿਆਂ ਵਾਲੀ ਭਾਨ ਨਹੀਂ, ਗੁਰੂ ਸਾਹਿਬ ਬਾਣੀ 'ਚ ਲਿਖਦੇ ਨੇ ਨਮੋ ਭਾਨ ਭਾਨੇ, ਸੂਰਜਾਂ ਦੇ ਸੂਰਜ ਨੂੰ ਨਮਸਕਾਰ ਹੈ। ਹੁਣ ਇਹ ਗੱਲ ਨੂੰ ਧਰਮਦਿਆਂ 'ਚ ਨਹੀਂ ਪੜ੍ਹਾਈ, ਅਸੀਂ ਉਹਨੂੰ ਪੰਜਾਬੀ 'ਚ ਕੰਨਾ ਪੜ੍ਹਾਉਣ ਲੱਗਿਆਂ ਪੜ੍ਹਾ ਦਿੱਤੀ। ਜਿਹੜੇ ਸੈਂਟੈਂਸ ਅਸੀਂ ਬਣਾਏ ਉਹਨਾਂ ਦੀ ਬਣਤਰ ਇਸ ਤਰ੍ਹਾਂ ਦਿੱਤੀ ਗਈ, ਹਰਜਾਪ ਅਰਦਾਸ ਕਰ। ਹੁਣ ਉਹਨੂੰ ਅਸੀਂ ਕੰਨਾ ਪੜ੍ਹਾ ਰਹੇ ਹਾਂ, ਗੁਰਬਾਣੀ ਨਹੀਂ ਪੜ੍ਹਾ ਰਹੇ। ਤਾਣ ਨਾਲ ਵਾਰ ਕਰ, ਤਾਣ ਹੁੰਦਾ ਤਾਕਤ, ਅਸੀਂ ਇਹਨੂੰ ਕੰਨਾ ਪੜ੍ਹਾ ਰਹੇ ਹਾਂ ਬਈ। ਉਹਨੂੰ ਇਹ ਗੱਲ ਇਹ ਲਿਖਾਇਆ, ਇਹ ਸੈਂਟੈਂਸ ਇਹ ਲਿਖਿਆ, ਪਰਮਾਤਮਾ ਦਾ ਨਾਮ ਜਪ ਸਭ ਦਾ ਭਲਾ ਕਰ, ਆਪਣਾ ਕਾਰਜ ਆਪ ਸਵਾਰ। ਇਹ ਕੀ ਹੈ, ਸਾਰੇ ਕੰਨੇ ਨੇ। ਇਸੇ ਤਰ੍ਹਾਂ ਜਿੰਨੀਆਂ ਮਾਤਰਾਵਾਂ ਪੜ੍ਹਾਈਆਂ ਗਈਆਂ, ਸਿਹਾਰੀ ਬਿਹਾਰੀ ਔਂਕੜ ਲੰਕੜ, ਜਿੰਨੇ ਸੈਂਟੈਂਸ ਡਰਾਫਟ ਕੀਤੇ ਗਏ ਉਹ ਸਾਰੇ ਗੁਰਮਤ ਵਿੱਚੋਂ ਨੇ। ਔਂਕੜ ਪੜ੍ਹਾਉਣਾ, ਗੁਰਮੁਖ ਦੀ ਔਧ ਸਵਸਥ ਗੁਜ਼ਰ ਗਈ, ਸਾਰੇ ਸ਼ਬਦ ਸੋਹਿਲਾ ਸਾਹਿਬ ਵਿੱਚੋਂ, ਨਿਤਿਮ ਦੀਆਂ ਬਾਣੀਆਂ ਵਿੱਚੋਂ, ਗੁਰਦੁਆਰਾ ਮੁਕਤਸਰ ਸਾਹਿਬ ਚੱਲ ਕਰ ਉਸਤਤ ਕਰ, ਸਾਰੀਆਂ ਮਾਤਰਾਵਾਂ, ਸਾਰੀ ਪੰਜਾਬੀ ਦਾ ਮੁਕੰਮਲ ਬੇਸਿਕ ਗਿਆਨ। ਔਰ ਇੱਕ ਵੱਡੀ ਗੱਲ, ਇਹ ਕਿਤਾਬਾਂ ਟ੍ਰਾਈਲਿੰਗੁਅਲ ਨੇ, ਹਰ ਸ਼ਬਦ ਨੂੰ 6 ਵਾਰ ਲਿਖਿਆ ਗਿਆ, 3 ਭਾਸ਼ਾਵਾਂ 'ਚ ਉਹਦੀ ਪ੍ਰੋਨੰਸੀਏਸ਼ਨ, 3ੋਂ ਭਾਸ਼ਾਵਾਂ 'ਚ ਉਹਦੇ ਅਰਥ, ਇੱਕ ਸ਼ਬਦ ਨੂੰ ਪੰਜਾਬੀ ਅੰਗਰੇਜ਼ੀ ਹਿੰਦੀ 3ੋਂ ਭਾਸ਼ਾਵਾਂ 'ਚ ਉਹਨੂੰ ਪ੍ਰੋਨਾਊਂਸ ਕਿਵੇਂ ਕਰਨਾ ਹੈ, ਔਰ 3ੋਂ ਭਾਸ਼ਾਵਾਂ ਦੇ ਉਹਦੇ ਮੀਨਿੰਗ ਕੀ ਨੇ। ਸੋ ਪਿਆਰ ਵਾਲਿਓ, ਇਹ ਯਤਨ ਇਸ ਤਰ੍ਹਾਂ ਦਾ ਗੁਰੂ ਬਾਬਾ ਜੀ ਨੇ ਕਰਵਾ ਲਿਆ ਕਿ ਜਿਹੜੇ 300 ਤੋਂ ਵੱਧ ਸਕੂਲ ਇਹ ਵਿਦਿਆਰਥੀਆਂ ਨੂੰ ਦੇ ਰਹੇ ਨੇ, ਪੜ੍ਹਾ ਰਹੇ ਨੇ, ਉਹ ਖੁਦ ਅਧਿਆਪਕ ਵੀ ਗਿਆਨ ਹਾਸਿਲ ਕਰ ਰਹੇ ਨੇ, ਬੱਚੇ ਪਰਿਵਾਰਾਂ ਵਿੱਚ ਜਾ ਕੇ ਮਾਤਾ ਪਿਤਾ ਤੋਂ ਪੜ੍ਹ ਰਹੇ, ਮਾਤਾ ਪਿਤਾ ਵੀ ਗਿਆਨ ਹਾਸਿਲ ਕਰ ਰਹੇ ਨੇ। ਇੱਕ ਇਹੋ ਜਿਹਾ ਉਪਰਾਲਾ, ਇਹ ਧਰਮ ਅਧਿਐਨ ਨਹੀਂ ਹੈ, ਇਹ ਧਾਰਮਿਕ ਸਿੱਖਿਆ ਦਾ ਅਧਿਆਪਕ ਨਹੀਂ ਪੜ੍ਹਾਉਂਦਾ, ਇਹਨਾਂ ਪੁਸਤਕਾਂ ਨੂੰ ਪੰਜਾਬੀ ਦਾ ਅਧਿਆਪਕ ਪੜ੍ਹਾਉਂਦਾ। ਇਹ ਪੰਜਾਬੀ ਦੀਆਂ ਮੁੱਢਲੀਆਂ 6 ਪੁਸਤਕਾਂ ਨੇ, ਗੁਰਮੁਖੀ ਅੱਖਰ ਗਿਆਨ ਹੈ, ਅਗਲੀ ਪੁਸਤਕ ਹੈ ਗੁਰਮੁਖੀ ਅੱਖਰ ਅਭਿਆਸ, ਅੱਖਰਾਂ ਦੀ ਬਣਤਰ ਕਿਵੇਂ ਪਾਉਣੀ ਹੈ, ਅੱਖਰ ਲਿਖਣੇ ਕਿਵੇਂ ਨੇ, ਅੰਗਰੇਜ਼ੀ ਦੀ ਕਰਸਿਵ ਰਾਈਟਿੰਗ ਦੇ ਲਈ, ਮੈਥੇਮੈਟਿਕਸ ਦੇ ਅੱਖਰ ਲਿਖਣ ਲਈ ਸਾਨੂੰ ਬਹੁਤ ਪਿਆਰੀਆਂ ਪਿਆਰੀਆਂ ਪੁਸਤਕਾਂ ਮਿਲਦੀਆਂ ਨੇ, ਪਰ ਪੰਜਾਬੀ ਦੀਆਂ ਪੁਸਤਕਾਂ ਬਿਲਕੁਲ ਨਿਰਮੂਲ ਨੇ। ਮੋਟੇ ਮੋਟੀਆਂ ਲਾਈਨਾਂ 'ਚ ਬੱਚਿਆਂ ਨੂੰ ਲਿਖਾਇਆ ਜਾਂਦਾ, ਉੱਥੋਂ ਹੀ ਵਿਦਿਆਰਥੀ ਦੀ ਲਿਖਾਈ ਵਿਗੜ ਜਾਂਦੀ ਹੈ, ਪੰਜਾਬੀ ਛੋਟੀਆਂ ਬਰੀਕ ਲਾਈਨਾਂ 'ਚ ਲਿਖੀ ਜਾਂਦੀ ਹੈ, ਔਰ ਅਸੀਂ ਵੱਡੇ ਅੱਖਰਾਂ 'ਚੋਂ ਜਦੋਂ ਛੋਟਿਆਂ 'ਤੇ ਬੱਚਾ ਲਿਖ ਹੀ ਨਹੀਂ ਪਾਉਂਦਾ, ਪੰਜਾਬੀ ਦਾ ਇੰਟਰਸਟ ਹੀ ਗਵਾ ਜਾਂਦਾ। ਇਹ ਜਾਣੇ ਵਿੱਚ ਹੋਇਆ ਜਾਂ ਅਣਜਾਣੇ 'ਚ ਹੋਇਆ ਇਹਦੇ ਬਾਰੇ ਮੈਨੂੰ ਗਿਆਨ ਨਹੀਂ, ਪਰ ਜਿਸ ਤਰ੍ਹਾਂ ਅਸੀਂ ਮੋਟੇ ਮੋਟੇ ਅੱਖਰਾਂ 'ਚ ਉਹਨੂੰ ਲਿਖਾਉਂਦੇ ਹਾਂ, ਉਹ ਇੱਕ ਢੰਗ ਹੁੰਦਾ, ਉਹ ਮੁੱਢਲਾ ਰੂਪ ਅਸੀਂ ਵਿਗਾੜ ਦਿੰਦੇ ਹਾਂ। ਬਹੁਤ ਵੱਡੀਆਂ ਗਲਤੀਆਂ ਪੰਜਾਬੀ 'ਚ ਪ੍ਰਚਲਿਤ ਹੋ ਚੁੱਕੀਆਂ ਨੇ, ਅਸੀਂ ਐੜਾ ਪਾਉਂਦੇ ਹਾਂ। ਮੈਂ ਵੀ ਹੁਣ ਤੱਕ ਇਸੇ ਤਰ੍ਹਾਂ ਕਰਦਾ ਰਿਹਾ, ਜਦੋਂ ਗੁਰੂ ਬਾਬਾ ਜੀ ਨੇ ਪੁਸਤਕਾਂ ਲਿਖਣ ਦੀ ਸੋਝੀ ਦਿੱਤੀ ਤਾਂ ਉਮਰ ਦੇ 30-35 ਸਾਲ ਕੱਢਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਐੜੇ ਥੱਲੇ ਘੁੰਡੀ ਹੋਈ ਨਹੀਂ ਪੈਂਦੀ, ਸੱਸੇ ਥੱਲੇ ਘੁੰਡੀ ਪੈਂਦੀ ਹੋਈ ਨਹੀਂ ਹੈ। ਅਸੀਂ ਜਦੋਂ ਐੜਾ ਲਿਖਦੇ ਹਾਂ ਥੱਲੇ ਘੁੰਡੀ ਪਾ ਕੇ ਲਿਖਦੇ ਹਾਂ, ਸੱਸਾ ਵੀ ਉੱਦਾਂ ਹੀ ਲਿਖਦੇ ਹਾਂ, ਪਰ ਇਹਨਾਂ ਅੱਖਰਾਂ ਥੱਲੇ ਘੁੰਡੀ ਨਹੀਂ ਹੁੰਦੀ। ਇਹ ਗਲਤੀਆਂ ਇਹਨਾਂ ਕਿਤਾਬਾਂ ਨੇ, ਅਗਲੀ ਕਿਤਾਬ ਗੁਰਮੁਖੀ ਅੱਖਰ ਅਭਿਆਸ ਨੇ, ਸਾਰੀਆਂ ਪੰਜਾਬੀ ਦੀਆਂ ਗਲਤੀਆਂ ਉਹ ਦੱਸੀਆਂ ਨੇ ਕਿ ਇੱਥੇ ਮੁੱਢਲੀਆਂ ਗਲਤੀਆਂ ਅਸੀਂ ਬੱਚਿਆਂ ਨੂੰ ਪੰਜਾਬੀ ਲਿਖਾਉਣ ਲੱਗਿਆਂ ਕਰ ਦਿੰਦੇ ਹਾਂ। ਫਿਰ ਕਿਹੜੇ ਅੱਖਰ ਪਹਿਲਾਂ ਅਭਿਆਸ ਕਰਨੇ ਨੇ, ਕਿਹੜੇ ਅੱਖਰ ਬਾਅਦ 'ਚ ਅਭਿਆਸ ਕਰਨੇ ਨੇ, ਊੜਾ ਲਿਖਣਾ, ਕਲਮ ਕਿੱਥੋਂ ਚੱਲਣੀ ਹੈ, ਕਿੱਥੇ ਮੁਕੰਮਲ ਹੋਣੀ ਹੈ, ਅੱਖਰ ਦੀ ਬਣਤਰ ਕਿਵੇਂ ਬਣਨੀ ਹੈ, ਸਾਰੇ ਅੱਖਰਾਂ ਦੀ ਉਹ ਦੇ ਕੇ, ਔਰ ਉਹਦੇ ਨਾਲ ਹਰ ਅੱਖਰ ਦੇ ਨਾਲ ਇੱਕ ਨਵਾਂ ਸ਼ਬਦ ਉੱਥੇ ਫਿਰ ਮਿਲਿਆ, ਜਿਵੇਂ ਪਹਿਲਾਂ ਗੁਰਮੁਖੀ ਅੱਖਰ ਗਿਆਨ ਸੀ। ਇਸੇ ਤਰ੍ਹਾਂ ਅੱਗੇ ਫਿਰ ਪੰਜਾਬੀ ਅਭਿਆਸ ਪੁਸਤਕ ਭਾਗ ਪਹਿਲਾ, ਦੂਆ, ਤੀਆ, ਚੌਥਾ, ਇਸ ਤਰ੍ਹਾਂ ਇਹ 4 ਪੁਸਤਕਾਂ ਨੇ। ਇਹ ਪੁਸਤਕਾਂ ਤੋਂ ਬਾਅਦ ਜਦੋਂ ਵਿਦਿਆਰਥੀ ਪੰਜਾਬੀ ਸਿੱਖ ਲੈਂਦਾ ਤਾਂ ਅਗਲੀਆਂ ਪੁਸਤਕਾਂ ਜੀਵੀਏ ਗੁਰਬਾਣੀ ਨਾਲ ਨਾਮ 'ਤੇ ਸ਼ੁਰੂ ਹੁੰਦੀਆਂ ਨੇ, ਉਹਨਾਂ 'ਚ ਪੰਜਾਬੀ ਦੇ ਸੈਂਟੈਂਸਿਸ ਨੇ। ਆਮ ਤੌਰ 'ਤੇ ਸਕੂਲਾਂ ਵਾਲੇ ਬੱਚਿਆਂ ਨੂੰ ਲਿਖਾਈ ਸੁੰਦਰ ਕਰਵਾਉਣ ਲਈ ਲਿਖਵਾਉਂਦੇ ਨੇ, ਰਾਮ ਕੇਲਾ ਖਾਂਦਾ ਹੈ, ਸ਼ਾਮ ਸਾਈਕਲ ਚਲਾਉਂਦਾ ਹੈ, ਸੀਤਾ ਕੱਪੜੇ ਧੋਂਦੀ ਹੈ, ਬੱਚੇ ਲਿਖਦੇ ਨੇ। ਅਸੀਂ ਗੁਰਬਾਣੀ ਦੇ ਵਿੱਚੋਂ 120 ਸੁਨੇਹੇ
ਜਿਹੜੇ ਬੱਚਿਆਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਸੰਬੰਧਿਤ ਨੇ, ਸਵੇਰੇ ਉੱਠਣ ਸਮੇਂ, ਖਾਣਾ ਖਾਣ ਸਮੇਂ, ਪਾਣੀ ਪੀਣ ਸਮੇਂ, ਇਸ਼ਨਾਨ ਕਰਨ ਸਮੇਂ, ਮਾਤਾ ਪਿਤਾ ਨਾਲ ਲੜਨ ਸਮੇਂ, ਅਧਿਆਪਕ ਦੀ ਗੱਲ ਨਾ ਮੰਨਣ ਸਮੇਂ, ਉਸਤ ਸਮੇਂ, ਨਿੰਦਿਆ ਸਮੇਂ, ਮਨ ਘਬਰਾਉਣ ਸਮੇਂ, ਜਿੱਦਾਂ ਦੇ ਬੱਚਿਆਂ ਦੇ ਮਨ ਦੇ ਹਾਵ ਭਾਵ ਹੁੰਦੇ ਨੇ, ਉੱਥੇ ਗੁਰਬਾਣੀ ਦਾ ਕੀ ਸੁਨੇਹਾ ਉਹਨਾਂ ਦੀ ਰਾਈਟਿੰਗ ਦਿੱਤੀ ਹੈ। ਸੋ ਇਸੇ ਤਰ੍ਹਾਂ ਡਰਾਇੰਗ ਦੀਆਂ ਪੁਸਤਕਾਂ ਨੇ, ਮੈਂ ਸੰਖੇਪ ਜੇ ਇਸ ਸਮੇਂ ਵੀ ਸਾਰੀ ਗੱਲ ਦਾ ਇੱਕ ਤੁਹਾਨੂੰ ਇਸ਼ਾਰਾ ਹੀ ਦੇ ਰਿਹਾ, ਇਹ ਕੁੱਲ 26 ਪੁਸਤਕਾਂ ਨੇ। ਜੇ ਮੈਂ ਹਰ ਪੁਸਤਕ ਦੀ ਗੱਲ ਕਰਨੀ ਚਾਹਵਾਂ, ਇੱਕ ਇੱਕ ਮਿੰਟ ਵੀ ਲਗਾ ਦਵਾਂ ਤਾਂ 26 ਮਿੰਟ ਲੱਗ ਜਾਣਗੇ। ਸੋ ਸੰਖੇਪ ਵਿੱਚ ਪੰਜਾਬੀ ਦਾ ਇੱਕ ਸਿਲੇਬਸ ਦੇਣ ਤੋਂ ਬਾਅਦ ਫਿਰ ਇੱਕ ਆਰਟਸ ਦਾ ਸਿਲੇਬਸ ਹੈ ਜਿਹੜਾ ਗੁਰਬਾਣੀ 'ਤੇ ਮੁਕੰਮਲ ਆਧਾਰਿਤ ਹੈ। 14 ਤਰ੍ਹਾਂ ਦਾ ਆਰਟ ਇਹਨਾਂ ਕਿਤਾਬਾਂ ਵਿੱਚ ਸਿਖਾਇਆ ਗਿਆ ਗੁਰਬਾਣੀ 'ਤੇ ਆਧਾਰਿਤ। ਫਿਰ ਸਕ੍ਰੈਪ ਬੁੱਕਸ ਨੇ, ਬੱਚਿਆਂ ਨੂੰ ਅਸੀਂ ਕਲੋਜ਼ ਬਣਾ ਕੇ ਦਿੰਦੇ ਹਾਂ ਕਿ ਸਕੂਲਾਂ ਵਾਲੇ ਕਹਿੰਦੇ ਨੇ ਕਿ ਫਰੀਡਮ ਫਾਈਟਰ ਲਿਆਓ, ਕੁਆਨ ਲਿਆਓ, ਉਹ ਪੇਸਟ ਕਰੋ। ਉਹ ਸਕ੍ਰੈਪ ਵਾਸਤੇ ਮਟੀਰੀਅਲ ਕਿਤਾਬਾਂ ਦੇ ਨਾਲ ਹੀ ਉਹ ਸਮੱਗਰੀ ਅਵੇਲੇਬਲ ਹੈ। ਮੁਕੰਮਲ ਗੁਰਮਤ ਦੇ ਉੱਤੇ ਉਹ ਗਿਆਨ ਦੇ ਕੇ ਸਕ੍ਰੈਪ ਦਾ ਕੰਮ ਦੋ ਕਿਤਾਬਾਂ ਵਿੱਚ ਕਰਵਾਇਆ ਗਿਆ। ਆਰਟ ਬੁੱਕਸ ਨੇ, ਹਿਸਟਰੀ ਕਾਰਡਸ ਨੇ, ਇਤਿਹਾਸ ਦੀਆਂ 80 ਸ਼ਖਸੀਅਤਾਂ ਜਿਹਨਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ ਬੱਚਿਆਂ ਦੇ ਜ਼ਿਹਨ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਬੜੇ ਸੋਹਣੇ ਕਲਰਡ ਆਰਟ ਪੇਪਰ ਉੱਤੇ ਇਹ ਛਪੇ ਹੋਏ ਦੋ ਹਿਸਟਰੀ ਕਾਰਡ, ਸਾਰੀਆਂ ਹੀ ਕਿਤਾਬਾਂ ਬੜੇ ਸੋਹਣੇ ਕਾਗਜ਼ ਉੱਤੇ ਜਿਹੀਆਂ ਪ੍ਰਕਾਸ਼ਿਤ ਕਰਕੇ ਵਿਦਿਆਰਥੀਆਂ ਲਈ ਦਿੱਤੀਆਂ ਗਈਆਂ ਨੇ ਤਾਂ ਕਿ ਬੱਚਿਆਂ ਦਾ ਉਹਦੇ 'ਚ ਇੰਟਰਸਟ ਬਣੇ। ਕਿਛ ਸੁਣੀਏ, ਕਿਛ ਕਹੀਏ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਸਾਦੇ ਵਿਆਹਾਂ ਦੀ ਗੱਲ ਕੀਤੀ ਸੀ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਸਾਦਗੀ ਦੀ ਬੱਲੇ ਬੱਲੇ, ਵਿਖਾਵੇ ਥੱਲੇ ਹੀ ਥੱਲੇ। ਬਹੁਤ ਸਾਰੇ ਈ ਕੈਂਪਸ ਦੀ ਬਹੁਤ ਹੀ ਵਧੀਆ ਸੁਝਾਵ ਅਤੇ ਫੀਡਬੈਕ ਸਾਨੂੰ ਪੁੱਜੀ ਹੈ, ਆਪ ਸਾਰਿਆਂ ਦਾ ਬਹੁਤ ਧੰਨਵਾਦ। ਇੱਕ ਗੱਲ 'ਤੇ ਬਹੁਤ ਸਾਰੇ ਈ ਕੈਂਪਸ ਨੇ ਚਿੰਤਾ ਜਿਤਾਈ ਹੈ ਕਿ ਕਿਉਂ ਨਾ ਅਸੀਂ ਆਪਣੇ ਆਨੰਦ ਕਾਰਜਾਂ ਨੂੰ ਸ਼ਰਾਬ ਦੇ ਗੰਧ ਤੋਂ ਬਚਾਈਏ। ਇਹ ਸੱਚਮੁੱਚ ਬਹੁਤ ਵਧੀਆ ਸੁਝਾਅ ਹੈ। ਆਨੰਦ ਕਾਰਜਾਂ ਦੇ ਆਨੰਦ ਨੂੰ ਸ਼ਰਾਬ ਦੇ ਗੰਧ ਤੋਂ ਕਿਵੇਂ ਬਚਾਈਏ? 10 ਕੁ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਰਸਾਲੇ ਗੁਰਮਤ ਪ੍ਰਕਾਸ਼ ਦੇ ਵਿੱਚ ਇੱਕ ਲੇਖ ਛਪਿਆ ਸੀ ਕਿ ਅਸੀਂ ਆਪਣੇ ਆਨੰਦ ਕਾਰਜਾਂ ਦੇ ਆਨੰਦ ਨੂੰ ਸ਼ਰਾਬ ਦੇ ਗੰਧ ਤੋਂ ਕਿਵੇਂ ਬਚਾ ਸਕਦੇ ਹਾਂ। ਉਹਦੇ ਵਿੱਚ ਇੱਕ ਬੜਾ ਹੀ ਪਿਆਰਾ ਸੁਝਾਅ ਦਿੱਤਾ ਗਿਆ ਸੀ ਕਿ ਖੁਸਰੇ ਤਾਂ ਘਰ ਦੇ ਵਿੱਚ ਵਧਾਈ ਦੇਣ ਵਿਆਹ ਤੋਂ ਬਾਅਦ ਜਾਂਦੇ ਨੇ, ਲੇਕਿਨ ਸਾਨੂੰ ਵਿਆਹ ਤੋਂ ਪਹਿਲਾਂ ਜਦੋਂ ਵੀ ਪਤਾ ਲੱਗ ਜਾਏ ਇਸ ਲੜਕੀ ਦਾ, ਇਸ ਲੜਕੇ ਦਾ ਰੋਕਾ ਹੋ ਗਿਆ, ਠਾਕਾ ਹੋ ਗਿਆ, ਇੰਗੇਜਮੈਂਟ ਹੋ ਗਈ ਹੈ, ਅਸੀਂ ਉਸ ਤੋਂ ਪਹਿਲਾਂ ਉਸ ਘਰ ਦੇ ਵਿੱਚ ਜਾਈਏ। ਪੰਜ ਪਿਆਰਿਆਂ ਦੇ ਰੂਪ ਵਿੱਚ ਪੰਜ ਸਿੰਘ, ਪੰਜ ਪਿਆਰੇ ਲੜਕੀ ਵਾਲੇ ਦੇ ਘਰ ਵੀ ਜਾਣ ਅਤੇ ਲੜਕੇ ਵਾਲਿਆਂ ਦੇ ਘਰ ਦੇ ਵਿੱਚ ਵੀ ਜਾਣ ਅਤੇ ਕੀ ਕਰਨ, ਉਹ ਗੱਲ ਦੇ ਵਿੱਚ ਪੱਲਾ ਪਾ ਕੇ ਬੇਨਤੀ ਕਰਨ ਕਿ ਤੁਸੀਂ ਆਨੰਦ ਕਾਰਜ ਸਮੇਂ ਹੋਰ ਜੋ ਮਰਜ਼ੀ ਤੁਸੀਂ ਕਰਨਾ ਚਾਹੁੰਦੇ ਹੋ ਕਰੋ, ਲੇਕਿਨ ਆਨੰਦ ਕਾਰਜ ਸਮੇਂ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਇਹ ਬੜੀ ਪਿਆਰੀ ਲਹਿਰ ਉਹਨਾਂ ਨੇ ਚਲਾਈ। ਔਰ ਉਹ ਕਿਹਾ ਕਰਦੇ ਸਨ ਪੰਜ ਪਿਆਰੇ ਕਿ ਅਸੀਂ ਅਰਦਾਸ ਕਰਾਂਗੇ ਕਿ ਤੁਹਾਡੀ ਬੱਚੀ ਬੱਚੇ ਦਾ ਘਰ ਸੁਖੀ ਵਸੇ। ਮਤਲਬ ਇਹ ਸੀ ਕਿ ਜੇ ਤੁਸੀਂ ਸ਼ਰਾਬ ਵਰਤਾਓਗੇ ਫਿਰ ਅਸੀਂ ਅਰਦਾਸ ਨਹੀਂ ਕਰਾਂਗੇ। ਔਰ ਮੇਰਾ ਨਿੱਜੀ ਤਜਰਬਾ ਹੈ ਕਿ ਜੇ ਉਹ ਵੀਰ 10 ਘਰਾਂ ਵਿੱਚ ਗਏ ਹਨ ਅਤੇ 9 ਘਰਾਂ ਨੇ ਗੱਲ ਮੰਨ ਲਈ। ਇੱਕ ਤਾਂ ਮੈਨੂੰ ਯਾਦ ਹੈ ਵਿਆਹ ਤੋਂ 2 ਦਿਨ ਪਹਿਲਾਂ ਪੰਜ ਪਿਆਰਿਆਂ ਦੇ ਰੂਪ ਵਿੱਚ ਅਸੀਂ ਇੱਕ ਘਰ ਦੇ ਵਿੱਚ ਗਏ ਅਤੇ ਉਹ ਘਰ ਦੇ ਜਿਹੜੇ ਵੱਡੇ ਸਨ ਉਹ ਕਹਿਣ ਲੱਗੇ ਅਸੀਂ ਤਾਂ 1.5 ਲੱਖ ਦੀ ਸ਼ਰਾਬ ਦਾ ਪ੍ਰਬੰਧ ਕੀਤਾ ਹੋਇਆ, ਅਸੀਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਬੈਠੇ ਹਾਂ। ਉਹਨਾਂ ਨੇ ਪੰਜ ਪਿਆਰਿਆਂ ਨੂੰ ਕੋਈ ਹਾਮੀ ਨਹੀਂ ਭਰੀ, ਸਗੋਂ ਆਪਣੀ ਅਸਮਰਥਤਾ ਜਿਤਾਈ ਕਿ ਜੇ ਤੁਸੀਂ ਹਫ਼ਤਾ ਪਹਿਲਾਂ, ਮਹੀਨਾ ਪਹਿਲਾਂ ਆਉਂਦੇ ਤਾਂ ਅਸੀਂ ਤੁਹਾਡੀ ਗੱਲ ਜ਼ਰੂਰ ਮੰਨ ਲੈਂਦੇ। ਪਰ ਸਾਨੂੰ ਹੈਰਾਨੀ ਹੋਈ ਜਦੋਂ 2 ਦਿਨ ਬਾਅਦ ਉਸ ਵਿਆਹ 'ਤੇ ਸਾਡੇ 'ਚੋਂ ਕੋਈ ਸੱਜਣ ਗਏ ਅਤੇ ਉਹਨਾਂ ਨੇ ਦੱਸਿਆ ਕਿ ਉਸ ਰਿਸੈਪਸ਼ਨ ਪਾਰਟੀ 'ਤੇ ਸ਼ਰੇਆਮ ਸ਼ਰਾਬ ਨਹੀਂ ਵੰਡੀ ਗਈ। ਹਾਂ, ਅਖੀਰ 'ਤੇ ਪਤਾ ਲੱਗਾ ਕਿ ਮੈਰਿਜ ਪੈਲਸ ਦੀ ਪਹਿਲੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਕੁਝ ਬੰਦੇ ਪੀ ਰਹੇ ਸਨ, ਲੇਕਿਨ ਉਹ ਜਿਹੜੀ ਸਾਡੀ ਇੱਕ ਖੁੱਲ੍ਹੀ ਰਿਵਾਜ਼ ਬਣ ਗਿਆ ਕਿ ਵੱਡਾ ਸਾਰਾ ਸਟਾਲ ਲੱਗਾ ਅਤੇ ਵੇਟਰ ਅਤੇ ਵੇਟਰੈਸ ਵੀ ਅੱਜ ਕੱਲ੍ਹ ਉਹ ਟ੍ਰੇ ਵਿੱਚ ਪਾ ਕੇ ਸਭ ਨੂੰ ਵੰਡ ਰਹੇ ਹਨ, ਐਸਾ ਪ੍ਰਦਰਸ਼ਨ ਉਹਨਾਂ ਨੇ ਨਹੀਂ ਕੀਤਾ। ਸੱਚਮੁੱਚ ਇਹ ਬਹੁਤ ਪਿਆਰਾ ਇਨੀਸ਼ੀਏਟਿਵ ਹੈ। ਆਨੰਦ ਕਾਰਜ ਦੇ ਸਮੇਂ ਜਾਂ ਪਾਰਟੀ ਦੇ ਸਮੇਂ ਅਸੀਂ ਕੁੜੀਏ ਕਿ ਦੇਖੋ ਜੀ ਇਹ ਵੀ ਇਹਨਾਂ ਨੇ ਵੀ ਸ਼ਰਾਬ ਵੰਡੀ ਹੈ, ਇਹ ਕੀ ਕਰੀ ਜਾ ਰਹੇ ਨੇ। ਇਸ ਤੋਂ ਵਧੀਆ ਪ੍ਰੋਐਕਟਿਵ ਹੋਣਾ, ਪ੍ਰੋਐਕਟਿਵ ਭਾਵ ਪਹਿਲਾਂ ਹੀ ਐਕਟਿਵ ਹੋ ਜਾਣਾ,
ਇੱਕ ਬੜਾ ਵਧੀਆ ਰੁਝਾਨ ਹੈ ਔਰ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਗੁਰਸਿੱਖ ਬੈਠੇ ਹਨ, ਮੈਂ ਬੇਨਤੀ ਕਰਾਂਗਾ, ਇਸ ਪਰੰਪਰਾ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ। ਹਰ ਇਲਾਕੇ ਵਿੱਚ ਕੋਈ ਪੰਜ ਸਿੰਘ ਜਿਹੜੇ ਆਪ ਰਹਿਤ ਵੈਦ ਦੇ ਧਾਰਨੀ ਹਨ, ਜੇ ਉਹ ਆਪਣੇ ਆਪਣੇ ਇਲਾਕੇ ਦੇ ਘਰਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਬੇਨਤੀ ਕਰਨਗੇ ਤਾਂ ਇਸ ਸ਼ਰਾਬ ਨੂੰ ਰੋਕਿਆ ਜਾ ਸਕਦਾ ਹੈ। ਇੱਕ ਹੋਰ ਬਹੁਤ ਵਧੀਆ ਉਪਰਾਲਾ ਲੁਧਿਆਣੇ ਦੇ ਵਿੱਚ ਸਾਡੇ ਨੌਜਵਾਨ ਵੀਰ ਮਨਜੀਤ ਸਿੰਘ ਜੀ, ਵੈਲਫਿਟ ਐਂਟਰਪ੍ਰਾਈਜ਼ ਦੇ ਨਾਮ 'ਤੇ ਉਹਨਾਂ ਦੀ ਸ਼ੌਪ ਹੈ, ਲੇਕਿਨ ਉਹਨਾਂ ਦੇ ਮਨ ਵਿੱਚ ਇਹ ਫੁਰਨਾ ਉੱਠਿਆ ਕਿ ਅਸੀਂ ਇਸ ਤਰੀਕੇ ਦੇ ਨਾਲ ਕੋਈ ਹੋਰ ਲਹਿਰ ਵੀ ਚਲਾਈਏ। ਅੱਜ ਸਾਡੇ ਨਾਲ ਉਸ ਲਹਿਰ ਨਾਲ ਸੰਬੰਧਿਤ ਡਾਕਟਰ ਜੈਸਮੀਨ ਕੌਰ ਜੀ ਸਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਦੇਣਗੇ। ਅਸੀਂ ਲੁਧਿਆਣਾ ਦੇ ਵਿੱਚ ਇੱਕ ਨਵੀਂ ਲਹਿਰ ਚਲਾ ਰਹੇ ਹਾਂ, ਇੱਕ ਮੂਵਮੈਂਟ ਚਲਾ ਰਹੇ ਹਾਂ, ਜੋ ਕਿ ਜੋ ਸਾਡੀਆਂ ਪੰਜਾਬੀ ਐਟਲੀਸਟ ਜੋ ਸਾਡੀਆਂ ਸਿੱਖ ਵੈਡਿੰਗਸ ਨੇ, ਅਸੀਂ ਉਹਨਾਂ ਨੂੰ ਡਰਿੰਕ ਫਰੀ ਕਰੀਏ। ਉਹਦਾ ਇੱਕ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੀ ਮੈਕਸੀਮਮ ਅਸੀਂ ਇੱਕ ਫੋਰਮ ਸਾਈਨ ਕਰਵਾ ਰਹੇ ਹਾਂ ਜਿਹਦੇ ਵਿੱਚ ਕਿ ਅਸੀਂ ਸਾਰੇ ਇਸ ਦੇ ਨਾਲ ਜੁੜੀਏ, ਬਿਕੋਜ਼ ਸਾਡੇ ਸੁਸਾਇਟੀ ਦੇ ਵਿੱਚ ਜੋ ਅੱਜ ਕੱਲ੍ਹ ਇਹ ਰਿਵਾਜ਼ ਬਣ ਗਿਆ ਹੈ ਕਿ ਵੈਡਿੰਗਸ 'ਤੇ ਤਾਂ ਡਰਿੰਕਸ ਚੱਲਣਗੀਆਂ ਹੀ ਚੱਲਣਗੀਆਂ, ਜਿਹੜੀ ਫੈਮਿਲੀਜ਼ ਖੁਦ ਡਰਿੰਕ ਕਰਦੇ ਨੇ ਉਹ ਤਾਂ ਡਰਿੰਕਸ ਰੱਖਦੇ ਹੀ ਨੇ, ਨੋ ਡਾਊਟ ਰੱਖਦੇ ਨੇ। ਜਿਹੜੇ ਖੁਦ ਨਹੀਂ ਡਰਿੰਕ ਕਰਦੇ ਉਹਨਾਂ ਨੂੰ ਵੀ ਸੁਸਾਇਟੀ ਪ੍ਰੈਸ਼ਰ ਔਰ ਫੈਮਿਲੀ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਉਹਨਾਂ ਨੂੰ ਵੀ ਆਪਣੀ ਮੈਰਿਜਸ 'ਤੇ ਖੁਦ ਉਹ ਡਰਿੰਕ ਕਰਨ ਚਾਹੇ ਨਾ ਕਰਨ, ਪਰ ਉਹਨਾਂ ਨੂੰ ਓਪਨਲੀ ਸਟਾਲਸ ਡਰਿੰਕਸ 'ਤੇ ਲਗਾਉਣੇ ਪੈ ਰਹੇ ਨੇ। ਉਹਦੇ ਨਾਲ ਅਸੀਂ ਖੁਦ ਦੇਖੀਏ ਕਿ ਸਾਡੀ ਸੁਸਾਇਟੀ 'ਤੇ, ਸਾਡੇ ਬੱਚਿਆਂ 'ਤੇ, ਸਾਡੇ ਆਉਣ ਵਾਲੇ ਸਮਾਜ 'ਤੇ ਉਹਦਾ ਕੀ ਅਸਰ ਹੋ ਰਿਹਾ। ਜੋ ਅਸੀਂ ਅਕੋਰਡਿੰਗ ਟੂ ਡੀ ਐਡਿਕਸ਼ਨ ਸੈਂਟਰਸ ਸਰਵੇ, ਜੋ ਮੈਕਸੀਮਮ ਇੱਕ ਨਵਾਂ ਜੋ ਯੂਥ ਹੈ ਉਹ ਸਟਾਰਟ ਕਰਦਾ ਹੈ ਡਰਿੰਕ ਕਰਨਾ, ਹੀ ਸਟਾਰਟਸ ਫਰੋਮ ਦਾ ਮੈਰਿਜਸ। ਰੀਜ਼ਨ ਇਜ਼ ਆਪਣੀ ਸੁਸਾਇਟੀ ਹੈ, ਅਵੇਲੇਬਿਲਿਟੀ ਹੈ, ਫ੍ਰੀ ਦੀਆਂ ਡਰਿੰਕਸ ਮਿਲ ਰਹੀਆਂ ਹੈ, ਮਾਹੌਲ ਹੈ। ਸੋ ਜੋ ਸਾਡਾ ਇੱਕ ਨਵਾਂ ਯੂਥ ਹੈ ਜੋ ਨਹੀਂ ਵੀ ਡਰਿੰਕ ਕਰ ਰਿਹਾ ਸੀ ਪਹਿਲੇ, ਉਹ ਨਵਾਂ ਸਟਾਰਟ ਕਰਦਾ ਹੈ ਮੈਰਿਜਸ ਤੋਂ। ਅਸੀਂ ਇੱਕ ਵਾਰੀ ਆਪਣੀਆਂ ਮੈਰਿਜਸ ਨੂੰ ਡਰਿੰਕ ਫਰੀ ਕਰੀਏ, ਸੋ ਦੈਟ ਅਸੀਂ ਆਪਣੇ ਆਪ ਡਿਫਰੈਂਸ ਦੇਖਾਂਗੇ ਕਿ ਸਾਡਾ ਸਮਾਜ, ਸਾਡਾ ਲੁਧਿਆਣਾ ਕਿੰਨਾ ਸਾਫ਼ ਸੁਥਰਾ ਹੋ ਜਾਏਗਾ, ਕਿੰਨਾ ਅਸੀਂ ਫਰਕ ਦੇਖਾਂਗੇ। ਅਸੀਂ ਮੈਰਿਜਸ ਦੇ ਉੱਤੋਂ ਇਹ ਜੋ ਅਸੀਂ ਡਰਿੰਕਸ ਚਲਾ ਰਹੇ ਹਾਂ, ਇਹਨਾਂ ਨੂੰ ਡਰਿੰਕਸ ਦੇ ਸਟਾਲਸ ਮੈਰਿਜਸ ਤੋਂ ਖਤਮ ਕਰਨ ਦਾ ਮੇਨ ਰੀਜ਼ਨ ਕੀ ਹੈ ਕਿ ਇਹਦਾ ਕਨਸੈਪਟ ਇਹ ਹੈ ਕਿ ਅੱਜ ਤੋਂ 20-25 ਸਾਲ ਪਹਿਲੇ ਅਸੀਂ ਦੇਖੀਏ ਕਿ ਸਾਡੀ ਮੈਰਿਜਸ ਦੇ ਵਿੱਚ ਇੱਦਾਂ ਓਪਨਲੀ ਚੱਲਦੀਆਂ ਸੀਗੀਆਂ ਡਰਿੰਕਸ, ਕਿ ਸਾਨੂੰ ਫਰਕ ਨਜ਼ਰ ਆਉਂਦਾ ਹੈ ਕਿ 20-25 ਸਾਲ ਪਹਿਲੇ ਸਾਡੀ ਸੁਸਾਇਟੀ 'ਚ ਕਿੱਦਾਂ ਵੈਡਿੰਗਸ ਹੁੰਦੀਆਂ ਸੀ ਅਤੇ ਹੁਣ ਕਿੱਦਾਂ ਵੈਡਿੰਗਸ ਹੁੰਦੀਆਂ। ਮੈਨੂੰ ਪੁੱਛੋ ਤਾਂ ਮੈਂ ਪਰਸਨਲੀ ਕਹਾਂਗੀ, ਮੈਂ ਜਿੰਨੀਆਂ ਵੀ ਆਪਣੇ ਸੁਸਾਇਟੀ ਦੇ ਵਿੱਚ ਦੇਖਿਆ ਕਿ ਅੱਗੇ ਇੰਨਾ ਓਪਨ ਨਹੀਂ ਸੀ ਹੁੰਦਾ, ਕਿਉਂਕਿ ਅਸੀਂ ਅਸੈਪਟ ਕੀਤਾ, ਕਿਉਂਕਿ ਸਾਡੇ ਬੱਚਿਆਂ ਨੇ ਜਾਂ ਸਾਡੇ ਭਰਾਵਾਂ ਨੇ, ਸਾਡੇ ਵੀਰਾਂ ਨੇ ਡਿਮਾਂਡ ਕੀਤੀ, ਸਭ ਨੇ ਅਸੈਪਟ ਕੀਤਾ ਕਿ ਕੋਈ ਗੱਲ ਨਹੀਂ। ਕਿ ਸਪੈਸ਼ਲੀ ਜੋ ਮੈਂ ਮਿਡਲ ਕਲਾਸ ਔਰ ਹਾਈ ਕਲਾਸ ਦੀ ਗੱਲ ਕਰਾਂ, ਕਿ ਜਿਨ੍ਹਾਂ ਦੇ ਵਿੱਚ ਚਲੋ 2-3 ਡਰਿੰਕਸ ਦੇ ਗਲਾਸਿਸ ਲਏ ਔਰ ਉਹ ਠੀਕ ਨੇ ਕਿ ਘਰ ਨਹੀਂ ਬਰਬਾਦ ਹੋ ਰਹੇ, ਅਸੀਂ ਅਫੋਰਡ ਕਰਦੇ ਹਾਂ। ਇਟਸ ਨੋਟ ਅਬਾਊਟ ਦੈਟ ਵੀ ਅਫੋਰਡ ਦਿਸ ਥਿੰਗ, ਇਟਸ ਨੋਟ ਅਬਾਊਟ ਮਨੀ, ਇਟਸ ਅਬਾਊਟ ਕਿ ਉਹਦਾ ਅਸਰ ਸਾਡੇ ਬੱਚਿਆਂ 'ਤੇ, ਸਾਡੇ ਭਰਾਵਾਂ 'ਤੇ, ਸਾਡੀ ਫੈਮਿਲੀਜ਼ 'ਤੇ ਕੀ ਹੋ ਰਿਹਾ ਹੈ। ਅੱਜ ਤੋਂ 20-25 ਸਾਲ ਪਹਿਲੇ ਦਾ ਸਿਨੈਰੀਓ ਦੇਖੀਏ ਅਤੇ ਅੱਜ ਦਾ ਦੇਖੀਏ ਤਾਂ ਇੰਨਾ ਡਿਫਰੈਂਸ ਹੈ, ਇੰਨਾ ਡਿਫਰੈਂਸ ਹੈ ਕਿ ਅਸੀਂ ਖੁਦ ਦੇਖੀਏ ਸਾਨੂੰ ਗੁਰਬਾਣੀ ਕੀ ਕਹਿੰਦੀ ਹੈ। ਸਭ ਨੂੰ ਪਤਾ ਹੈ ਕਿ ਗੁਰਬਾਣੀ ਦੇ ਵਿੱਚ ਸ਼ਰਾਬ ਪੀਣਾ ਮਨਾ ਹੈ, ਪਰ ਗੁਰਬਾਣੀ ਕੀ ਕਹਿੰਦੀ ਹੈ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪੱਛੋ ਤਾਈਏ। ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਉਹਦੀ ਸ਼ੁਰੂਆਤ ਕਰਦੇ ਹਾਂ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਏ। ਅਸੀਂ ਲੰਮੀ ਨਜ਼ਰ ਨਿਹਾਲੀਏ ਕਿ ਉਹਦਾ ਰਿਜ਼ਲਟ ਕੀ ਆਏਗਾ, ਉਹਦਾ ਰਿਜ਼ਲਟ ਕੀ ਪੋਜ਼ਿਟਿਵ ਹੈ ਕਿ ਇਹਨੇ ਅੱਜ ਤੋਂ ਕੁਛ ਸਾਲ ਪਹਿਲੇ ਡਰਿੰਕਸ ਓਪਨ ਨਹੀਂ ਸੀ, ਹੁਣ ਅੱਜ ਡਰਿੰਕਸ ਬਹੁਤ ਓਪਨਲੀ ਹੈ। ਕੀ ਅਸੀਂ ਸਾਰੇ ਇਹ ਪ੍ਰਣ ਕਰ ਸਕਦੇ ਹਾਂ ਕਿ ਜਿਵੇਂ ਡਰਿੰਕਸ ਸਾਡੀ ਫੈਮਿਲੀਜ਼ 'ਚ ਹੁਣ ਓਪਨ ਹੋ ਗਈਆਂ, ਜੋ ਕਿ ਅਸੀਂ ਨਹੀਂ ਸੋਚੀਆਂ ਸੀਗੀਆਂ, ਕਿ ਅਸੀਂ ਇਹ ਗਰੰਟੀ ਲੈਂਦੇ ਹਾਂ ਕਿ ਸਾਡੀ ਫੈਮਿਲੀਜ਼ ਦੇ ਵਿੱਚ ਇਹ ਸਿਗਰੇਟਸ ਇੰਨੀਆਂ ਕਾਮਨ ਨਹੀਂ ਹੋਣਗੀਆਂ। ਅੱਜ ਸਾਨੂੰ ਲੱਗ ਰਿਹਾ ਹੈ ਕਿ ਇੱਕ ਸਰਦਾਰ ਹੈ, ਉਹ ਡਰਿੰਕ ਕਰ ਰਿਹਾ, ਮੈਰਿਜਸ 'ਤੇ ਕਰ ਲਿਆ, ਹੀ ਇਜ਼ ਐਨ ਓਕੇਜ਼ਨਲ ਡਰਿੰਕਰ, ਤੋ ਦੈਟਸ ਕੁਆਇਟ ਫਾਈਨ, ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਪਰ ਅਸੀਂ ਨਹੀਂ ਸੋਚ ਸਕਦੇ ਕਿ ਸਰਦਾਰ ਦੇ ਹੱਥ 'ਚ ਡਰੱਗਸ ਹੋਣ, ਪਰ ਅਸੀਂ ਡਰਿੰਕਸ ਨੂੰ ਅਸੈਪਟ ਕਰ ਲਿਆ। ਉਵੇਂ ਹੀ ਸਾਡੇ ਬੱਚੇ, ਸਾਨੂੰ ਵੀ ਨਹੀਂ ਪਤਾ ਲੱਗੇਗਾ ਕਦੋਂ ਸਾਡੇ ਹੱਥੋਂ ਨਿਕਲ ਜਾਣਗੇ। ਸੋ ਮੇਰੀ ਇਹੀ ਅਪੀਲ ਹੈ ਕਿ ਅਸੀਂ ਸਭ ਇਹਦੇ ਇਸ ਜੋ ਮੂਵਮੈਂਟ ਨੂੰ ਜੁਆਇਨ ਕਰੀਏ, ਅਤੇ ਇਹ ਜੋ ਕੰਮ ਅਸੀਂ ਸ਼ੁਰੂ ਕੀਤਾ ਹੈ ਡਰਿੰਕਸ ਦਾ, ਇਹਨੂੰ ਇੱਥੇ ਹੀ ਰੋਕ ਦੇਈਏ। ਇਹਨੂੰ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਬਹੁਤ ਅੱਗੇ ਵੱਧ ਜਾਏਗਾ, ਸ਼ਾਇਦ ਸਾਡੀ ਸੋਚ ਤੋਂ ਵੀ ਅੱਗੇ ਵੱਧ ਜਾਏਗਾ, ਜੋ ਅਸੀਂ ਨਹੀਂ ਵੀ ਸੋਚਿਆ ਇਹ ਉੱਥੇ ਤੱਕ ਇਹ ਚੀਜ਼ ਪਹੁੰਚ ਜਾਏਗੀ। ਸੋ ਅਸੀਂ ਇੱਕ ਜੋ ਫੋਰਮ ਫਿਲ ਕਰਵਾ ਰਹੇ ਹਾਂ,
ਉਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲੇ ਯੂਥ ਨੂੰ ਬੇਨਤੀ ਹੈ, ਚਾਹੇ ਲੜਕੀ ਹੈ ਚਾਹੇ ਲੜਕਾ ਹੈ, ਯੂਥ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ, ਅਪੀਲ ਕਰ ਰਹੇ ਹਾਂ ਕਿ ਤੁਸੀਂ ਇਹ ਫੋਰਮ ਸਾਈਨ ਕਰੋ ਕਿ ਤੁਹਾਡੀਆਂ ਆਪਣੀਆਂ ਵੈਡਿੰਗਸ 'ਤੇ, ਇਹ ਫੋਰਮ ਦੇ ਵਿੱਚ ਹੋਏਗਾ ਕਿ ਮੇਰੀ ਵੈਡਿੰਗ 'ਤੇ ਸ਼ਰਾਬ ਨਹੀਂ ਚੱਲੇਗੀ, ਮੈਂ ਆਪਣੀ ਵੈਡਿੰਗ 'ਤੇ ਸ਼ਰਾਬ ਨਹੀਂ ਚੱਲਣ ਦਿਆਂਗਾ। ਸੈਕਿੰਡ ਐਵੇਂ ਕਿ ਮੇਰੇ ਘਰ ਦੀ ਕੋਈ ਵੈਡਿੰਗ ਹੈ, ਮੈਂ ਉਹਦੇ 'ਤੇ ਸ਼ਰਾਬ ਨਹੀਂ ਚੱਲਣ ਦਿਆਂਗਾ। ਹੋਰ ਜੋ ਮਰਜ਼ੀ ਅਸੀਂ ਜਿਵੇਂ ਮਰਜ਼ੀ ਸੈਲੀਬ੍ਰੇਸ਼ਨਸ ਕਰੀਏ, ਬਟ ਵੈਡਿੰਗਸ 'ਤੇ ਮੈਂ ਇਹ ਡਰਿੰਕਸ ਦੀ ਵਰਤੋਂ ਨਹੀਂ ਕਰਨ ਦੇਣੀ। ਥਰਡ ਐਵੇਂ ਕਿ ਅਸੀਂ ਜਿੱਥੇ ਵੀ ਇਹ ਡਰਿੰਕਸ ਚੱਲ ਰਹੀਆਂ ਹੈ ਉਸ ਵੈਡਿੰਗ 'ਤੇ ਮੈਂ ਨਹੀਂ ਜਾਣਾ। ਇਹਦੇ ਵਿੱਚ ਕੋਈ ਵੀ, ਮੈਨੂੰ ਨਹੀਂ ਲੱਗਦਾ ਕਿ ਸੁਸਾਇਟੀ ਤੋਂ ਟੁੱਟਣ ਵਾਲੀ ਗੱਲ ਹੈ। ਇਹ ਅਸੀਂ ਪੰਜਾਬ ਨੂੰ ਇਹ ਲਹਿਰ ਇੰਨੀ ਜ਼ਿਆਦਾ ਚਲਾਈਏ ਕਿ ਹਰ ਜਣਾ ਹੀ ਕਹੇ ਕਿ ਮੈਂ ਇਸ ਮੂਵਮੈਂਟ ਨੂੰ ਜੁਆਇਨ ਕੀਤਾ ਹੋਇਆ। ਸਾਰੀਆਂ ਸਿੱਖ ਫੈਮਿਲੀਜ਼ ਕਹਿਣ ਦੈਟ ਵੀ ਹੈਵ ਐਕਚੁਲੀ ਜੁਆਇਨ ਦਿਸ ਮੂਵਮੈਂਟ ਐਂਡ ਵੀ ਆਰ ਨੋਟ ਗੋਇੰਗ ਟੂ ਦੈਟ ਵੈਡਿੰਗ ਜਿੱਥੇ ਕਿ ਇਹ ਡਰਿੰਕਸ ਚੱਲ ਰਹੀਆਂ ਹੈ, ਸੋ ਦੈਟ ਕਿ ਉਹ ਕੁਝ ਵੈਡਿੰਗਸ ਰਹਿ ਜਾਣ ਜਿੱਥੇ ਕਿ ਡਰਿੰਕਸ ਚੱਲਣਗੀਆਂ, ਅਤੇ ਉਹ ਕਹਿਣ ਵੀ ਹੁਣ ਸਾਨੂੰ ਤੁਸੀਂ ਆਪਣੇ ਵਿੱਚ ਐਡ ਕਰੋ, ਅਤੇ ਅਸੀਂ ਹੁਣ ਸਾਰੀਆਂ ਦੀਆਂ ਸਾਰੀਆਂ ਵੈਡਿੰਗਸ ਪੰਜਾਬ ਦੇ ਵਿੱਚੋਂ ਡਰਿੰਕ ਫਰੀ ਕਰੀਏ, ਅਤੇ ਆਪਣੀ ਜੋ ਖੁਸ਼ੀ ਹੈ ਉਹਦੇ ਵਿੱਚ ਗੁਰੂ ਮਹਾਰਾਜ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦੇਈਏ, ਆਪਣੇ ਵਾਹਿਗੁਰੂ ਨੂੰ ਇੰਪੋਰਟੈਂਸ ਦੇਈਏ, ਨਾ ਕਿ ਇਹ ਸੋਚੀਏ ਕਿ ਸੁਸਾਇਟੀ ਮੇਰੇ ਮੈਰਿਜਸ 'ਤੇ ਆਏਗੀ ਕਿ ਨਹੀਂ। ਕਿਉਂਕਿ ਟ੍ਰੈਂਡ ਤਾਂ ਇਹੀ ਬਣ ਗਿਆ ਹੈ ਕਿ ਮੈਰਿਜਸ ਦੀ ਡੇਟ ਫਿਕਸ ਹੁੰਦੀ ਹੈ, ਕਾਰਡ ਦੇਣ ਜਾਓ ਅਤੇ ਪਹਿਲੇ ਪੁੱਛਦੇ ਹੈ ਕਿ ਖਾਣਾ ਪੀਣਾ ਹੈਗਾ, ਤਾਂ ਹੀ ਆਵਾਂਗੇ। ਤੋ ਅਸੀਂ ਆਪ ਹੀ ਇਹ ਟ੍ਰੈਂਡ ਪਾਇਆ, ਹੁਣ ਅਸੀਂ ਇਹ ਟ੍ਰੈਂਡ ਪਾਈਏ ਕਿ ਅਸੀਂ ਪਹਿਲੇ ਪੁੱਛੀਏ ਕਿ ਡਰਿੰਕਸ ਤਾਂ ਨਹੀਂ ਹੈਗੀਆਂ, ਅਸੀਂ ਤਾਂ ਹੀ ਆਵਾਂਗੇ ਵੈਡਿੰਗਸ 'ਤੇ। ਇਹਨੂੰ ਪੁੱਠਾ ਕਰ ਦਈਏ, ਲੈਟਸ ਮੇਕ ਦਿਸ ਅਪੋਜ਼ਿਟ ਕਿ ਇਸ ਵੈਡਿੰਗ 'ਤੇ ਜੇ ਡਰਿੰਕਸ ਨਹੀਂ ਹੈ ਤਾਂ ਅਸੀਂ ਤਾਂ ਹੀ ਜਾਵਾਂਗੇ। ਉਸ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਆਪਣੇ ਆਨੰਦ ਕਾਰਜ 'ਤੇ ਜ਼ਿਆਦਾ ਇੰਪੋਰਟੈਂਟ ਹੈ, ਰਾਦਰ ਦੈਨ ਕਿ ਅਸੀਂ ਸੁਸਾਇਟੀ ਨੂੰ ਖੁਸ਼ ਕਰੀਏ। ਉਹ ਸੁਸਾਇਟੀ ਓਨੀ ਹੀ ਖੁਸ਼ ਹੋ ਕੇ ਸਭ ਲੋਕ ਵੈਡਿੰਗਸ 'ਤੇ ਆਉਣਗੇ ਜੇ ਤੁਸੀਂ ਡਰਿੰਕਸ ਨਹੀਂ ਵੀ ਰੱਖੋਗੇ। ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਹਾਂ ਤੁਸੀਂ ਜੋ ਕਰ ਰਹੇ ਹੋ ਦੈਟ ਇਜ਼ ਐਕਚੁਲੀ ਗੁੱਡ ਫੋਰ ਅਵਰ ਸੁਸਾਇਟੀ। ਅਸੀਂ ਪੰਜਾਬ ਨੂੰ ਡਰਿੰਕ ਫਰੀ ਵੈਡਿੰਗਸ ਦੇ ਵਿੱਚ ਇਨਵੋਲਵ ਕਰੀਏ। ਵਾਹ ਜੀ ਵਾਹ, ਬਹੁਤ ਨੇਕ ਸੋਚ ਹੈ ਇਹਨਾਂ ਵੀਰਾਂ ਦੀ, ਇਹਨਾਂ ਭੈਣਾਂ ਦੀ ਜਿਹੜੇ ਉਪਰਾਲਾ ਕਰ ਰਹੇ ਹਨ। ਪਹਿਲੀ ਵਾਰੀ ਸੁਣਿਆ ਸਾਨੂੰ ਇਹ ਹੋ ਸਕਦਾ ਹੈ ਲੱਗੇ ਵੀ ਨਹੀਂ ਨਹੀਂ ਇਹ ਕਿੰਨੇ ਮੰਨਣਾ, ਪਰ ਜੇ ਅਸੀਂ ਸਾਰੇ ਲੋਕ ਸੁਚੇਤ ਹੋਵਾਂਗੇ, ਕੇਵਲ ਆਪਣੇ ਲਈ ਨਹੀਂ ਆਪਣੇ ਬੱਚਿਆਂ ਲਈ, ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਕਿ ਸੱਚਮੁੱਚ ਬਹੁਤ ਸਾਰੇ ਬੱਚੇ 7ਵੀਂ 8ਵੀਂ 10ਵੀਂ ਕਲਾਸ ਪੜ੍ਹਦੇ ਪਹਿਲੀ ਵਾਰੀ ਕਿਸੇ ਵਿਆਹ ਦੀ ਪਾਰਟੀ ਦੇ ਵਿੱਚ ਹੀ ਉਹ ਪਹਿਲਾ ਸਿੱਪ ਲੈਂਦੇ ਹਨ। ਮੈਨੂੰ ਤਾਂ ਮੋਗੇ ਦਾ ਇੱਕ ਆਨੰਦ ਕਾਰਜ ਯਾਦ ਹੈ, ਕਈ ਸਾਲ ਪਹਿਲਾਂ ਉੱਥੇ ਇੱਕ 2-3 ਸਾਲ ਦੀ ਬੱਚੀ, ਕਿਉਂਕਿ ਮਾਤਾ ਪਿਤਾ ਆਪਣੇ ਆਪਣੀ ਸਹੇਲੀਆਂ ਰਿਸ਼ਤੇਦਾਰਾਂ ਨਾਲ ਗੱਲਾਂ ਕਰਦੇ ਹੁੰਦੇ ਹਨ, ਅਤੇ ਉਸ ਛੋਟੀ ਜਿਹੀ ਬੱਚੀ ਨੇ ਘੁੰਮਦੇ ਘੁੰਮਦੇ ਇੱਕ ਨੀਚੇ ਪਿਆ ਇੱਕ ਸ਼ਰਾਬ ਦਾ ਗਿਲਾਸ ਚੁੱਕ ਲਿਆ ਜਿਹਦੇ 'ਚ ਕਿਸੇ ਨੇ ਪੀ ਕੇ ਥੋੜ੍ਹਾ ਜਿਹਾ ਛੱਡ ਕੇ ਸੁੱਟ ਰੱਖਿਆ ਹੋਇਆ ਸੀ, ਔਰ ਉਸ ਬੱਚੀ ਨੇ ਆਪਣੇ ਮੂੰਹ ਨੂੰ ਲਗਾ ਲਿਆ। ਇੰਨੀ ਜ਼ੋਰ ਦੀ ਉਹਦੀ ਖਾਂਸੀ ਸ਼ੁਰੂ ਹੋਈ ਅਤੇ ਸਾਰਿਆਂ ਨੇ ਜਦੋਂ ਦੇਖ ਲਿਆ ਵੀ ਉਸ ਬੱਚੀ ਦੇ ਮੂੰਹ ਨੂੰ ਸ਼ਰਾਬ ਲੱਗ ਗਈ, ਅਤੇ ਮਾਂ ਨੂੰ ਬੜੀ ਸ਼ਰਮ ਆਈ ਅਤੇ ਉਹ ਲੁਕਦੀ ਫਿਰੇ ਵੀ ਇਹ ਕੀ ਹੋ ਗਿਆ। ਦੇਖੋ, ਸਾਡੇ 2-3 ਸਾਲ ਦੇ ਬੱਚੇ ਵੀ ਸੇਫ ਨਹੀਂ, ਇਹ ਅਸੀਂ ਕਿਵੇਂ ਦਾ ਕਲਚਰ ਬਣਾ ਦਿੱਤਾ ਹੈ। ਸੋ ਯਕੀਨਨ ਸਾਨੂੰ ਇਸ ਲਹਿਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਅਸੀਂ ਇਸ ਵਾਰ ਦੇ ਆਂਸਰ ਦੇ ਵਿੱਚ ਇਹ ਸਰਵੇ ਪਾ ਰਹੇ ਹਾਂ, ਤੁਹਾਨੂੰ ਕੋਈ ਮਜਬੂਰੀ ਨਹੀਂ ਹੈ, ਇਹ ਆਪਸ਼ਨਲ ਸਰਵੇ ਹੋਏਗਾ, ਲੇਕਿਨ ਜੇ ਤੁਹਾਡਾ ਮਨ ਕਰਦਾ ਹੈ ਤੁਸੀਂ ਘੱਟੋ ਘੱਟ ਪਹਿਲੀ ਆਪਸ਼ਨ ਤਾਂ ਜ਼ਰੂਰ ਹੀ ਟਿਕ ਕਰ ਸਕਦੇ ਹੋ ਕਿ ਮੇਰੇ ਵਿਆਹ 'ਤੇ ਨਹੀਂ ਹੋਏਗਾ ਜਾਂ ਮੇਰੇ ਘਰ ਨਹੀਂ ਹੋਏਗਾ। ਦੂਸਰੀ ਆਪਸ਼ਨ ਹੈ ਕਿ ਅਸੀਂ ਇਹੋ ਜਿਹੇ ਵਿਆਹਾਂ 'ਤੇ ਜਾਵਾਂਗੇ ਹੀ ਨਹੀਂ। ਇਹ ਹੁਣ ਤੁਸੀਂ, ਤੁਹਾਡੀ ਹਿੰਮਤ ਹੈ ਕਿ ਤੁਸੀਂ ਇੱਥੇ ਸਾਈਨ ਕਰ ਦਿਓ, ਜਾਂ ਤੁਸੀਂ ਇਹ ਕਹੋ ਕਿ ਤੀਸਰੀ ਆਪਸ਼ਨ ਕਿ ਮੈਂ ਕੋਸ਼ਿਸ਼ ਕਰਾਂਗੀ। ਐਟਲੀਸਟ ਜੇ ਅਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰਾਂਗੇ ਫਿਰ ਅਸੀਂ ਦੂਜੇ ਪੁਆਇੰਟ 'ਤੇ ਆ ਜਾਵਾਂਗੇ ਕਿ ਅਸੀਂ ਜਾਵਾਂਗੇ ਨਹੀਂ। ਅਤੇ ਜਦੋਂ ਸਮਾਜ 'ਚ ਬਹੁਤੇ ਲੋਕ ਇਹੋ ਜਿਹੇ ਵਿਆਹਾਂ 'ਤੇ ਜਾਣ ਤੋਂ ਮਨ੍ਹਾ ਕਰ ਦੇਣਗੇ, ਯਕੀਨਨ ਇਹ ਸ਼ਰਾਬਾਂ ਵਰਤਾਉਣ ਵਾਲੇ ਇਹਨਾਂ ਨੂੰ ਸ਼ਰਮ ਆਏਗੀ ਔਰ ਇਹ ਸੋਚਣਗੇ ਕਿ ਸਾਨੂੰ ਇਸ ਕੰਮ ਤੋਂ ਹਟਣਾ ਚਾਹੀਦਾ ਹੈ। ਇੱਕ ਸਮਾਂ ਸੀ ਜਿਹੜਾ ਸ਼ਰਾਬ ਪੀਂਦਾ ਸੀ ਨਾ ਉਹ ਲੁਕਦਾ ਫਿਰਦਾ ਸੀ, ਹੁਣ ਉਲਟਾ ਹਿਸਾਬ ਹੋ ਗਿਆ, ਜਿਹੜਾ ਨਹੀਂ ਪੀਂਦਾ ਉਹ ਇਕੱਲਾ ਰਹਿ ਜਾਂਦਾ ਹੈ। ਪਰ ਨਹੀਂ, ਸੰਸਾਰ ਭਰ ਦੇ ਵਿੱਚ ਵੀ ਜਿੱਥੇ ਵੀ ਅਜਿਹੀਆਂ ਲਹਿਰਾਂ ਚੱਲੀਆਂ ਨੇ, ਜਿੱਥੇ ਲੋਕ ਸੁਚੇਤ ਹੋਏ ਨੇ ਉੱਥੇ ਇਹ ਲਹਿਰਾਂ ਸਫਲ ਹੋਈਆਂ ਨੇ, ਅਤੇ ਜਿੱਥੇ ਲੋਕ ਸੁੱਤੇ ਰਹੇ ਕਿ ਨਹੀਂ ਇਹ ਤਾਂ ਸਰਕਾਰ ਕਰੇ ਜੀ, ਇਹ ਤਾਂ ਫਲਾਣਾ ਕਰੇ ਜੀ, ਮੇਰੇ ਇਕੱਲੇ ਨਾਲ ਕੀ ਹੋਏਗਾ, ਉਹ ਸਮਾਜ ਡੁੱਬ ਗਏ। ਔਰ ਅਸੀਂ ਆਪਣੇ ਪਿਆਰੇ ਪੰਜਾਬ ਨੂੰ ਡੁੱਬਣ ਨਹੀਂ ਦੇਣਾ। ਆਓ ਸਾਰੇ ਈ ਕੈਂਪਰ, ਛੋਟੇ ਵੱਡੇ ਬਜ਼ੁਰਗ ਬੀਬੀਆਂ, ਅਸੀਂ ਸਾਰੇ ਮਤਾ ਬਣਾਈਏ, ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਆਨੰਦ ਕਾਰਜਾਂ ਨੂੰ ਸ਼ਰਾਬ ਦੇ ਗੰਧ ਤੋਂ ਬਚਾਉਣਾ ਹੈ। ਔਰ ਸੱਚ ਜਾਣਿਓ,
ਜੇ ਇਸ ਤਰ੍ਹਾਂ ਕਰਾਂਗੇ ਤਾਂ ਇੱਕ ਦਿਨ ਜ਼ਰੂਰ ਸਾਡੇ ਆਨੰਦ ਕਾਰਜ ਸੱਚੀ ਮੁੱਚੀ ਆਨੰਦ ਦੇ ਕਾਰਜ ਬਣ ਜਾਣਗੇ। ਇੱਕ ਦਿਨ ਦਾ ਆਨੰਦ ਨਹੀਂ, ਜੀਵਨ ਭਰ ਦਾ ਆਨੰਦ ਸਾਨੂੰ ਪ੍ਰਾਪਤ ਹੋਵੇਗਾ। ਪਿਛਲੇ ਐਪੀਸੋਡ ਸੰਬੰਧੀ ਕੁਛ ਜ਼ਰੂਰੀ ਸੂਚਨਾਵਾਂ ਹਨ। ਬਹੁਤ ਸਾਰੇ ਈ ਕੈਂਪਰ ਪੁੱਛ ਰਹੇ ਹਨ ਕਿ ਇਹ ਕਿਤਾਬ ਕਿਵੇਂ ਮਿਲੇਗੀ। ਸਾਦੇ ਵਿਆਹ ਸਾਦੇ ਪੋ ਕਿਤਾਬ ਪ੍ਰਾਪਤ ਕਰਨ ਲਈ ਆਪ ਜੀ ਇਸ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 978-133-9898। ਇਹ ਪੁਸਤਕ ਕੇਵਲ 10 ਰੁਪਏ ਦੀ ਹੈ। ਪੁਸਤਕ ਦੀ PDF ਫ੍ਰੀ ਪ੍ਰਾਪਤ ਕਰਨ ਲਈ ਤੁਸੀਂ ਆਨਸਰ ਲਿੰਕ 'ਤੇ ਵੀ ਇਹ ਡਾਊਨਲੋਡ ਕਰ ਸਕਦੇ ਹੋ। ਇਸੇ ਤਰ੍ਹਾਂ ਬਹੁਤ ਸਾਰੇ ਈ ਕੈਂਪਰਸ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਸਾਦੇ ਵਿਆਹ ਦੇ ਬੈਨਰ ਸਲੋਗਨ ਆਪਣੇ ਪਿੰਡਾਂ ਵਿੱਚ ਵੀ ਲਗਾਉਣਾ ਚਾਹੁੰਦੇ ਹਨ। ਅਸੀਂ ਇਹ ਸਾਰੇ ਬੈਨਰ ਸਲੋਗਨਸ ਜੋ ਪਿਛਲੇ ਐਪੀਸੋਡ ਵਿੱਚ ਦਿਖਾਏ ਗਏ ਸਨ ਉਹ ਸਾਰਿਆਂ ਦੀ PDF ਵੀ ਆਨਸਰ ਲਿੰਕ 'ਤੇ ਪਾ ਦਿੱਤੀ ਹੈ। ਮੇਰੀ ਬੇਨਤੀ ਹੈ ਇਹਨਾਂ ਬੈਨਰਸ ਨੂੰ ਡਾਊਨਲੋਡ ਕਰੋ, ਬਿਲਕੁਲ ਫ੍ਰੀ ਹਨ। ਇਹਨਾਂ ਨੂੰ ਆਪਣੇ ਨੇੜੇ ਦੇ ਫਲੈਕਸ ਪ੍ਰਿੰਟਰ ਨੂੰ ਦੇ ਕੇ ਚਾਹੇ ਫਲੈਕਸਾਂ ਬਣਾ ਲਈਏ, ਚਾਹੇ ਦੀਵਾਰਾਂ 'ਤੇ ਐਸੇ ਸਲੋਗਨ ਅਸੀਂ ਆਪਣੇ ਆਪਣੇ ਪਿੰਡਾਂ ਵਿੱਚ ਲਿਖਵਾ ਦੇਈਏ। ਜਿਹੜੇ ਈ ਕੈਂਪਰ ਐਸੇ ਸਲੋਗਨਸ ਆਪ ਲਿਖ ਸਕਣ ਉਹ ਬਹੁਤ ਵਧੀਆ ਗੱਲ ਹੋਏਗੀ। ਹਰ ਪਾਸੇ ਦੀਵਾਰਾਂ 'ਤੇ ਲਿਖਿਆ ਹੋਵੇ ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਮੈਨੂੰ ਇੱਕ ਗੱਲ ਯਾਦ ਆਈ, ਬਠਿੰਡੇ ਦੇ ਵਿੱਚ ਇੱਕ ਪਿੰਡ ਹੈ ਮੱਲ ਵਾਲਾ, ਉੱਥੇ ਨੇੜੇ ਕਿਸੇ ਕਿਸਾਨ ਦੇ ਘਰ ਚੌਥੀ ਲੜਕੀ ਦਾ ਜਨਮ ਹੋਇਆ। ਹੁਣ ਘਰ ਦੇ ਵਿੱਚ ਚੌਥੀ ਲੜਕੀ ਪੈਦਾ ਹੋਵੇ ਤਾਂ ਕੋਈ ਵਧਾਈ ਦੇਣ ਨਹੀਂ ਜਾਂਦਾ, ਸਗੋਂ ਲੋਕ ਅਫਸੋਸ ਕਰਨ ਜਾਂਦੇ ਹਨ। ਕੁਝ ਸੱਜਣ ਉਹਦੇ ਘਰ ਜਾ ਕੇ ਉਹਨੂੰ ਹੌਸਲਾ ਦੇ ਰਹੇ ਸਨ। ਅੱਗੋਂ ਉਹ ਕਿਸਾਨ ਕਹਿੰਦਾ, ਘਬਰਾਓ ਨਾ, ਪੰਜਾਬ ਬਦਲ ਰਿਹਾ ਹੈ। ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਇਹ ਨਾਅਰੇ ਲਿਖੇ ਸੀ, ਅਤੇ ਉਹ ਕਿਸਾਨ ਕਹਿੰਦਾ ਕਿ ਜਦ ਤੱਕ ਮੇਰੀ ਬੱਚੀਆਂ ਨੇ ਜਵਾਨ ਹੋਣਾ ਤਦ ਤੱਕ ਇਹ ਮਹਿੰਗੇ ਵਿਆਹ ਦੀ ਪਰੰਪਰਾ ਹੀ ਖਤਮ ਹੋ ਚੁੱਕੀ ਹੋਏਗੀ, ਮੈਨੂੰ ਆਪਣੀ ਕੁੜੀਆਂ ਦੇ ਵਿਆਹ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਏਗੀ। ਕਿੰਨੀ ਆਸ ਪੈਦਾ ਕਰਦਾ ਹੈ ਕੇਵਲ ਇਹ ਨਾਅਰਾ ਹੀ। ਔਰ ਜੇ ਅਸੀਂ ਇਸ ਨਾਅਰੇ ਨੂੰ ਅਪਣਾ ਲਵਾਂਗੇ, ਇਸ ਨਾਅਰੇ ਨੂੰ ਇੰਨਾ ਪ੍ਰਚਾਰ ਕਰ ਦੇਵਾਂਗੇ ਕਿ ਮਹਿੰਗੇ ਵਿਆਹ ਕਰਨ ਵਾਲੇ ਸ਼ਰਮ ਮਹਿਸੂਸ ਕਰਨ ਔਰ ਸਾਦਗੀ ਦਾ ਬੋਲਬਾਲਾ ਹੋਵੇ, ਮੇਰੀ ਬੇਨਤੀ ਆਪਾਂ ਸਾਰੇ ਜਣੇ ਇਹ ਸਲੋਗਨਸ ਡਾਊਨਲੋਡ ਕਰੀਏ ਅਤੇ ਜਿਸ ਵੀ ਤਰੀਕੇ ਨਾਲ ਦੀਵਾਰਾਂ 'ਤੇ ਲਿਖ ਸਕੀਏ ਜਾਂ ਫਲੈਕਸ ਬਣਾ ਸਕੀਏ, ਉਹ ਆਪੋ ਆਪਣੇ ਪਿੰਡਾਂ ਸ਼ਹਿਰਾਂ ਸਕੂਲਾਂ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਜ਼ਰੂਰ ਇਹਨਾਂ ਨੂੰ ਪ੍ਰਦਰਸ਼ਿਤ ਕਰੀਏ। ਇੱਕ ਹੋਰ ਡਿਮਾਂਡ ਬਹੁਤ ਸਾਰੇ ਈ ਕੈਂਪਰਸ ਵੱਲੋਂ ਆਈ ਹੈ ਕਿ ਬੱਚਿਆਂ ਦੇ ਪੇਪਰ ਸ਼ੁਰੂ ਹੋਣ ਕਰਕੇ ਉਹ ਬੁੱਧਵਾਰ ਤੱਕ ਜਵਾਬ ਨਹੀਂ ਦੇ ਸਕਦੇ। ਫਿਲਹਾਲ ਅਸੀਂ ਆਪ ਜੀ ਦੇ ਜਵਾਬ ਪੂਰਾ ਹਫ਼ਤਾ ਜਿਸ ਤਰ੍ਹਾਂ ਪਹਿਲਾਂ ਸੀ ਅਸੀਂ ਉਸੇ ਤਰੀਕੇ ਨਾਲ ਅਕਸੈਪਟ ਕਰ ਰਹੇ ਹਾਂ। ਅੱਜ ਤੋਂ ਅਸੀਂ ਇੱਕ ਨਵਾਂ ਸੈਗਮੈਂਟ ਵੀ ਸ਼ੁਰੂ ਕਰ ਰਹੇ ਹਾਂ ਜਿਸ ਦਾ ਨਾਮ ਹੈ ਅਧਿਆਪਕ ਮਹਾਨ, ਪ੍ਰਾਊਡ ਟੂ ਟੀਚ। ਸੱਚਮੁੱਚ ਅਧਿਆਪਨ ਇੱਕ ਬਖਸ਼ਿਸ਼ ਹੈ। ਅਸੀਂ ਹਰ ਹਫ਼ਤੇ ਇਸ ਐਪੀਸੋਡ ਵਿੱਚ ਅਧਿਆਪਨ ਬਾਰੇ, ਟੀਚਿੰਗ ਬਾਰੇ ਕੁਝ ਗੱਲਾਂ ਆਪ ਜੀ ਨਾਲ ਸਾਂਝੇ ਕਰਿਆ ਕਰਾਂਗੇ। ਸੁਕ੍ਰਿਤ ਟਰੱਸਟ ਵੱਲੋਂ ਇੱਕ ਟੇਬਲ ਕੈਲੰਡਰ ਛਾਪਿਆ ਗਿਆ ਹੈ ਜਿਸ ਦਾ ਨਾਮ ਹੀ ਹੈ ਅਧਿਆਪਨ ਇੱਕ ਬਖਸ਼ਿਸ਼। ਸਮਾਜ ਵਿਗੜ ਰਿਹਾ ਹੈ, ਸਮਾਜ ਵਿਗੜ ਚੁੱਕਾ ਹੈ, ਪਰ ਇਸਨੂੰ ਕੌਣ ਸੁਧਾਰੇਗਾ? ਕੀ ਡਾਕਟਰ ਇਕੱਠੇ ਹੋ ਕੇ ਫੈਸਲਾ ਲੈਣਗੇ ਜਾਂ ਇੰਜੀਨੀਅਰ? ਕੀ ਪੁਲਿਸ ਵਾਲੇ ਸੋਚਣਗੇ ਜਾਂ ਚਾਰਟਰਡ ਅਕਾਊਂਟੈਂਟ? ਸੱਚ ਜਾਣਿਓ, ਕਿਸੇ ਨੇ ਨਹੀਂ ਸੋਚਣਾ ਜੀ। ਇਹ ਕੇਵਲ ਅਤੇ ਕੇਵਲ ਅਧਿਆਪਕਾਂ ਦੇ ਜ਼ਿੰਮੇ ਹੈ। ਅਗਰ ਅਸੀਂ ਸਾਰੇ ਅਧਿਆਪਕ ਰਲ ਕੇ ਸਮਾਜ ਨੂੰ ਸਵਾਰਨ ਦਾ ਤਹੱਈਆ ਕਰ ਲਈਏ ਤਾਂ ਇਹ ਸਮਾਜ ਸੁਧਰ ਜਾਏਗਾ। ਮੈਂ ਇੱਕ ਵਾਰ ਡਾਕਟਰ ਜਸਵੰਤ ਸਿੰਘ ਨੇਕੀ ਜੀ ਕੋਲ ਬੈਠਾ ਸੀ, ਉਹਨਾਂ ਨੇ ਬੜੀ ਪਿਆਰੀ ਗੱਲ ਕਹੀ। ਕਹਿੰਦੇ, ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਚੰਗੇ ਅਧਿਆਪਕ ਪੈਦਾ ਕਰੋ। ਅਧਿਆਪਨ ਦੁਨੀਆ ਦੀਆਂ ਸਭ ਕਿਰਤਾਂ ਵਿੱਚੋਂ ਉੱਤਮ ਕਿਰਤ ਹੈ। ਸੱਚਮੁੱਚ ਦੁਨੀਆ ਦੇ ਸਾਰੇ ਪ੍ਰੋਫੈਸ਼ਨਸ ਵਿੱਚੋਂ ਸਭ ਤੋਂ ਨੇਕ ਅਤੇ ਸਭ ਤੋਂ ਵਧੀਆ ਪ੍ਰੋਫੈਸ਼ਨ ਟੀਚਿੰਗ ਦਾ ਹੈ, ਅਧਿਆਪਨ ਦਾ ਹੈ। ਸਾਨੂੰ ਸਾਰੇ ਟੀਚਰਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਮੈਂ ਸਭ ਤੋਂ ਵਧੀਆ ਕਿਰਤ ਕਰ ਰਿਹਾ ਹਾਂ। ਪਿਛਲੇ ਐਪੀਸੋਡ ਦੇ ਜਵਾਬ। ਸਵਾਲ ਨੰਬਰ 1 ਦਾ ਜਵਾਬ, ਟਰੱਸਟ ਦਾ ਪੂਰਾ ਨਾਮ ਹੈ
ਸਤਨਾਮ, ਸਰਬ ਕਲਿਆਣ ਟਰੱਸਟ, ਚੰਡੀਗੜ੍ਹ। ਸਵਾਲ ਨੰਬਰ 2 ਦਾ ਜਵਾਬ ਇਸ ਟਰੱਸਟ ਦੇ ਬਾਨੀ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ। ਦੱਸੋ ਬਈ ਕਿੰਨੇ ਕਿੰਨੇ ਨਾਮ ਲਿਖਾਇਆ? ਗੁਰੂ ਨਾਨਕ ਦਾ ਪੈਗਾਮ ਫੈਲਾਉਣ ਈ ਕੈਂਪ ਹੈ ਆਇਆ। ਗਲੋਬਲੀ ਕੈਂਪ, ਗਲੋਬਲੀ ਕੈਂਪ, ਗਲੋਬਲੀ ਕੈਂਪ। ਅੱਜ ਦੇ ਸਵਾਲ, ਸਵਾਲ ਨੰਬਰ 1, ਇਹ ਨਾਰਾ ਪੂਰਾ ਕਰੋ, ਸਾਦੇ ਵਿਆਹ ਸਾਦੇ ਭੋਗ। ਆਪਸ਼ਨ 1, ਨਾ ਚਿੰਤਾ ਨਾ ਰੋਗ। ਆਪਸ਼ਨ 2, ਨਾ ਚਿੰਤਾ ਰੋਗ। ਆਪਸ਼ਨ 3, ਨਾ ਕਰਜ਼ਾ ਨਾ ਚਿੰਤਾ ਰੋਗ। ਆਪਸ਼ਨ 4, ਨਾ ਚਿੰਤਾ ਨਾ ਕਰਜ਼ਾ ਰੋਗ। ਸਵਾਲ ਨੰਬਰ 2, ਇਹ ਵੀ ਨਵੀਂ ਸਮਾਜਿਕ ਬੁਰਾਈ ਹੈ। ਆਪਸ਼ਨ 1, ਫਜ਼ੂਲ ਖਰਚੀ। ਆਪਸ਼ਨ 2, ਪਾਰਲਰ ਜਾਣਾ। ਆਪਸ਼ਨ 3, ਵਿਖਾਵਾ ਕਰਨਾ। ਆਪਸ਼ਨ 4, ਉਪਰੋਕਤ ਸਾਰੇ। ਸਵਾਲਾਂ ਦੇ ਜਵਾਬ ਕੇਵਲ ਆਨਸਰ ਲਿੰਕ ਰਾਹੀਂ ਭੇਜੋ, ਵਟਸਐਪ ਜਾਂ ਯੂਟਿਊਬ 'ਤੇ ਨਹੀਂ। ਇਹ ਲਿੰਕ ਤੁਹਾਡੇ ਮੋਬਾਈਲ ਵਿੱਚ ਭੇਜਿਆ ਜਾ ਚੁੱਕਾ ਹੈ, ਇਸ ਲਈ 98556-12005 ਨੂੰ ਈ ਕੈਂਪ ਵਜੋਂ ਸੇਵ ਕਰੋ। ਫਿਰ ਵਟਸਐਪ ਵਿੱਚ ਇਸ ਈ ਕੈਂਪ ਦਾ ਕੰਟੈਕਟ ਖੋਲੋ। ਸੱਜੇ ਪਾਸੇ 3 ਡੋਟਸ ਦਬਾ ਕੇ ਵਿਊ ਕੰਟੈਕਟ ਦਬਾਓ। ਵੇਖੋ ਆਨਸਰ ਲਿੰਕ ਪਹਿਲੇ ਨੰਬਰ 'ਤੇ ਹੈ, ਇਹ ਦਬਾਓ ਅਤੇ ਆਨਸਰ ਕਰੋ। ਇਸ ਦੇ ਨਾਲ ਹੀ ਅੱਜ ਦੇ ਇਸ ਐਪੀਸੋਡ ਦੀ ਸਮਾਪਤੀ ਹੈ। ਅਗਲੇ ਹਫ਼ਤੇ ਇਸੇ ਚੈਨਲ 'ਤੇ, ਇਸੇ ਸਮੇਂ 'ਤੇ, ਇਸੇ ਲਿੰਕ 'ਤੇ ਅਸੀਂ ਫਿਰ ਮਿਲਾਂਗੇ ਅਤੇ ਨਵੀਆਂ ਗੱਲਾਂ, ਨਵੇਂ ਵਿਚਾਰ ਕਰਾਂਗੇ। ਵੰਡ ਚੱਕੀਏ, ਗੁਰਮਤ ਦਾ ਪੈਗਾਮ ਫੈਲਾਈਏ।